ਹੈਲੋ ਅਤੇ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈਲੋ ਗਲੋਬਲ ਪੰਜਾਬ ਸ਼ੋਅ 'ਚ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਉਸ ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਦੀ ਜਿਹੜਾ ਕੱਲ ਆਇਆ ਸੀ ਅਤੇ ਜਿਸ ਮੁਤਾਬਕ ਸਿਆਸੀ ਲੀਡਰਾਂ ਦੀਆਂ ਫੋਟੋਆਂ ਐਡਵਰਟਾਈਜ਼ਮੈਂਟਸ ਯਾਨੀ ਸਰਕਾਰੀ ਇਸ਼ਤਿਹਾਰਾਂ ਤੇ ਹੁਣ ਤੋਂ ਨਹੀਂ ਲੱਗ ਸਕਦੀਆਂ ਤੁਸੀਂ ਵੀ ਦੱਸੋ ਕਿ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕੀ ਇਹ ਫੈਸਲਾ ਸਹੀ ਹੈ ਪਰ ਉਸ ਤੋਂ ਪਹਿਲਾਂ ਮੈਂ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨਾਰਥ ਅਮਰੀਕਾ ਦੇ ਈਸਟਰਨ ਟਾਈਮ ਮੁਤਾਬਕ ਸ਼ਾਮੀ 8:30 ਵਜੇ ਅਤੇ ਪੈਸਿਫਿਕ ਟਾਈਮ ਤਾਬਿਕ ਸ਼ਾਮੀ ਸਾਢੇ 5 ਵਜੇ ਲਾਈਵ ਹਰ ਹਫਤੇ ਮੰਡੇ ਤੋਂ ਫਰਾਈਡੇ ਦੇਖ ਸਕਦੇ ਹੋ ਰੋਜ਼ ਵਾਂਗੂ ਤੁਸੀਂ ਲਾਈਵ ਸ਼ੋਅ ਵੇਲੇ ਕਾਲ ਕਰ ਸਕਦੇ ਹੋ ਆਪਣੇ ਪ੍ਰਸਤਾਵ ਆਪਣੇ ਸੁਝਾਅ ਦੇ ਸਕਦੇ ਜੇ ਅ ਇਸ ਸ਼ੋਅ ਦੇ ਕੁਝ ਰਿਪੀਟ ਸ਼ੋਅ ਵੀ ਹੁੰਦੇ ਨੇ ਉਸ ਵੇਲੇ ਤੁਸੀਂ ਸਿਰਫ ਪੁਰਾਣੀ ਰਿਕਾਰਡਿੰਗ ਹੀ ਸੁਣ ਸਕਦੇ ਜੇ ਸਵਾਲ ਜਵਾਬ ਨਹੀਂ ਕਰ ਸਕਦੇ ਅ ਪੁਰਾਣੇ ਸ਼ੋਅ YouTube ਤੇ ਉਪਲਬਧ ਨੇ ਤੁਸੀਂ ਉਹਨਾਂ ਨੂੰ ਉੱਥੇ ਜਾ ਕੇ ਦੇਖ ਸਕਦੇ ਜੇ वर्ल्ड वाइड ਇਸ ਸ਼ੋਅ ਨੂੰ ਗਲੋਬਲ ਪੰਜਾਬ ਟੀਵੀ ਦੀ ਵੈਬਸਾਈਟ ਤੇ ਲਾਈਵ ਦੇਖਿਆ ਜਾ ਸਕਦਾ ਹੈ ਅੱਜ ਇੱਕ ਇਤਿਹਾਸਿਕ ਫੈਸਲੇ ਦੀ ਆਪਾਂ ਗੱਲ ਕਰਾਂਗੇ ਕੱਲ ਭਾਰਤ ਦੇ ਸੁਪਰੀਮ ਕੋਰਟ ਨੇ ਸਿਆਸੀ ਲੀਡਰਾਂ ਦੀ ਐਡਵਰਟਾਈਜ਼ਮੈਂਟਸ ਯਾਨੀ ਸਰਕਾਰੀ ਇਸ਼ਤਿਹਾਰਾਂ ਉੱਤੇ ਫੋਟੋਆਂ ਲਾਉਣ ਉੱਤੇ ਪਾਬੰਦੀ ਲਾ ਦਿੱਤੀ ਸੀ ਸਰਵੋੱਚਮ ਅਦਾਲਤ ਨੇ ਇਹ ਫੈਸਲਾ ਇੱਕ ਪੀਆਈਐਲ ਦੀ ਸੁਣਵਾਈ ਦੌਰਾਨ ਕੀਤਾ ਇਹ ਪੀਆਈਐਲ ਦੋ ਐਨਜੀਓਜ਼ ਦੋ ਸੰਸਥਾਵਾਂ ਕਾਮਨ ਕੌਜ਼ ਅਤੇ ਸੈਂਟਰ ਫਾਰ ਪਬਲਿਕ ਇੰਟਰਸਟ ਲਿਟੀਗੇਸ਼ਨ ਪੀਆਈਐਲ ਨੇ ਦਾਇਰ ਕੀਤੀ ਸੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਚੀਫ ਜਸਟਿਸ ਆਫ ਇੰਡੀਆ ਨੂੰ ਇਸ ਪਾਬੰਦੀ ਤੋਂ ਐਗਜ਼ੈਂਪਟ ਕੀਤਾ ਹੈ ਪਰ ਅਦਾਲਤ ਨੇ ਗਵਰਨਰ ਚੀਫ ਮਿਨਿਸਟਰ ਡਿਪਟੀ ਸੀਐਮ ਅਤੇ ਹੋਰ ਮੰਤਰੀ ਜਿਹੜੇ ਆ ਇਹਨਾਂ ਇਹਨਾਂ ਦੇ ਹੋਰ ਜਿਹੜੇ ਅਹੁਦੇ ਆ ਇਹਨਾਂ ਨੂੰ ਐਗਜ਼ੈਂਪਟ ਨਹੀਂ ਕੀਤਾ ਅਦਾਲਤ ਨੇ ਕਿਹਾ ਕਿ ਇਹਨਾਂ ਫੋਟੋਆਂ ਨਾਲ ਪਰਸਨੈਲਿਟੀ ਕਲਟ ਯਾਨੀ ਨਿੱਜੀ ਸਵਾਰਥ ਹਲ ਹੁੰਦਾ ਹੈ ਤੁਸੀਂ ਦੱਸੋ ਕਿ ਤੁਹਾਡਾ ਇਸ ਫੈਸਲੇ ਨਾਲ ਫੈਸਲੇ ਬਾਰੇ ਕੀ ਤੁਹਾਡਾ ਸੁਝਾਅ ਹੈ ਕੀ ਤੁਸੀਂ ਇਸ ਫੈਸਲੇ ਨਾਲ ਸਹਿਮਤ ਜੇ ਮੇਰਾ ਮੰਨਣਾ ਹੈ ਕਿ ਇਹ ਫੈਸਲਾ ਬਹੁਤ ਚੰਗਾ ਫੈਸਲਾ ਆਇਆ ਹੈ ਕੁਝ ਕਾਲਰ ਸਾਡੇ ਨਾਲ ਆਲਰੇਡੀ ਜੁੜ ਗਏ ਆ ਉਹ ਉਹਨਾਂ ਦਾ ਨਜ਼ਰੀਆ ਦੇਖਦੇ ਹਾਂ ਇਸ ਮਸਲੇ ਤੇ ਕੀ ਆ ਹਲੋ 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 ਹਾਂਜੀ 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 ਮੈਂ ਅਮਰੀਕ ਸਿੰਘ ਬੋਲ ਰਿਹਾ ਮਿਸ਼ੀਗਨ ਤੋਂ ਹਾਂਜੀ ਭਾਈ ਜਾਨ ਸਵਾਗਤ ਹੈ ਸ਼ੋਅ ਦੇ ਵਿੱਚ ਦੱਸੋ ਤੁਹਾਡਾ ਕੀ ਸੁਝਾਅ ਆ ਭਾਈ ਸਾਹਿਬ ਫੈਸਲੇ ਸਦੀਨ ਕੋਰਟ ਨੇ ਪਹਿਲਾਂ ਵੀ ਬਹੁਤ ਚੰਗੇ ਚੰਗੇ ਕੀਤੇ ਆ ਜੀ ਇਹ ਪਰ ਆਮ ਤੌਰ ਤੇ ਹੁੰਦਾ ਕਿ ਉਹਨਾਂ ਨੂੰ ਹੂ ਬਹੁਤ ਥੱਲੇ ਲਾਗੂ ਨਹੀਂ ਕੀਤਾ ਜਾਂਦਾ ਉਹਦੇ ਤੇ ਨਵੇਂ ਨਵੇਂ ਰਖਣੇ ਰੱਖ ਲਏ ਜਾਂਦੇ ਆ ਨਵੇਂ ਨਵੇਂ ਬਹਾਨੇ ਬਣਾ ਕੇ ਫਿਰ ਐਡਸ ਜਿਹੜੀਆਂ ਉਹ ਪ੍ਰੋ ਗਵਰਨਮੈਂਟ ਕੀਤੀਆਂ ਜਾਂਦੀਆਂ ਤੇ ਦੂਸਰੀ ਗੱਲ ਇਹ ਆ ਕਿ ਇਹ ਸਟੇਟਾਂ 'ਚ ਵੀ ਲਾਗੂ ਹੋਣਗੇ ਕਿ ਖਾਲੀ ਸੈਂਟਰ ਗਵਰਨਮੈਂਟ ਦੀ ਲਾਗੂ ਹੋਣਗੇ ਬਹੁਤ ਚੰਗੇ ਸਵਾਲ ਹੈ ਜੀ ਤੁਹਾਡੇ ਦੋਵੇਂ ਬਹੁਤ ਚੰਗੀਆਂ ਟਿੱਪਣੀਆਂ ਵਾਂ ਇੱਕ ਤੇ ਤੁਸੀਂ ਕਿਹਾ ਕਿ ਫੈਸਲੇ ਅੱਗੇ ਵੀ ਬਹੁਤ ਸੋਹਣੇ ਸੁਪਰੀਮ ਕੋਰਟ ਦੇ ਆਏ ਆ ਲੇਕਿਨ ਉਹ ਲਾਗੂ ਨਹੀਂ ਹੁੰਦੇ ਲੇਕਿਨ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵਾ ਕਿ ਇੱਕ ਤਿੰਨ ਮੈਂਬਰੀ ਓਮਬਡਸਮੈਨ ਬਣੂਗਾ ਕਿ ਇਸ ਫੈਸਲੇ ਨੂੰ ਲਾਗੂ ਕਰਨ ਵਾਸਤੇ ਸੋ 10 ਮੈਂਬਰਾਂ ਦੀ ਇੱਕ ਕਮੇਟੀ ਇੱਕ ਤਰੀਕੇ ਦੀ ਬਣੂਗੀ ਔਰ ਉਹ ਇਨਸ਼ੋਰ ਕਰੂਗੀ ਕਿ ਇਹ ਫੈਸਲੇ ਜਿਹੜੇ ਆ ਉਹ ਲਾਗੂ ਹੋਣ ਸੋ ਇਸ ਕਰਕੇ ਇਸ ਕੇਸ ਦੇ ਵਿੱਚ ਮੇਰੇ ਖਿਆਲ ਇਹ ਫੈਸਲਾ ਜ਼ਰੂਰ ਲਾਗੂ ਹੋਊਗਾ ਜਿਹੜਾ ਇਹ ਫੈਸਲਾ ਵਾ ਇਹ ਕੇਂਦਰ ਤੇ ਰਾਜਾਂ ਦੋਵਾਂ ਤੇ ਇਹ ਇਹ ਜਿਹੜਾ ਵਾ ਲਾਗੂ ਹੋਵੇਗਾ ਕਿਉਂਕਿ ਸੁਪਰੀਮ ਕੋਰਟ ਨੇ ਖਾਸ ਕਿਆ ਸੀ ਕਿ ਇਹ ਫੈਸਲਾ ਜਿਹੜਾ ਵਾ ਇਹਦੇ ਚੋਂ ਗਵਰਨਰ ਤੇ ਚੀਫ ਮਿਨਿਸਟਰ ਨੂੰ ਐਗਜ਼ਮਪਟ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਰਾਇਤ ਨਹੀਂ ਦਿੱਤੀ ਜਾ ਸਕਦੀ ਸੋ ਇਹਦਾ ਮਤਲਬ ਬੜਾ ਕਲੀਅਰ ਆ ਕਿ ਇਹ ਫੈਸਲਾ ਜਿਹੜਾ ਵਾ ਕੇਂਦਰ ਤੇ ਵੀ ਲਾਗੂ ਹੋਊਗਾ ਤੇ ਰਾਜਾਂ ਤੇ ਵੀ ਲਾਗੂ ਹੋਊਗਾ ਬਹੁਤ ਬਹੁਤ ਧੰਨਵਾਦ ਫੋਨ ਕਰਨ ਵਾਸਤੇ ਇੱਕ ਹੋਰ ਸੱਜਣ ਸਾਡੇ ਨਾਲ ਨੇ ਉਹਨਾਂ ਦਾ ਵੀ ਪ੍ਰਸਤਾਵ ਦੇਖਦੇ ਆਂ ਕੀ ਆ ਹੈਲੋ ਹਾਂਜੀ ਹਾਂਜੀ ਸਰ ਸ੍ਰੀ ਕਾਲ ਕੁਲਬੀਰ ਬੋਲਦੀ ਆਂ ਹਾਂਜੀ ਕੁਲਬੀਰ ਜੀ ਸਤਿ ਸ੍ਰੀ ਅਕਾਲ ਬੜੇ ਦਿਨਾਂ ਬਾਅਦ ਕਾਲ ਕੀਤੀ ਤੁਸੀਂ ਬਸ ਤੁਸੀਂ ਬਿਜ਼ੀ ਸੀਗੇ ਸੇ ਮੈਂ ਅਮਰੀਕਾ ਕੈਨੇਡਾ ਲਾਈਵ ਸ਼ੋਅ ਹਾਂਜੀ ਹਾਂਜੀ ਮੈਂ ਉੱਥੇ ਆਇਆ ਸੀਗਾ ਜੀ ਹੋਰ ਹਾਂਜੀ ਤੇ ਮੇਰੇ ਬਾਕੀ ਹੋਰ ਨਵੇਂ ਦਰਸ਼ਕ ਵੀ ਜੋੜਨਾ ਪਾਉਣਾ ਨੂੰ ਵੀ ਮੌਕਾ ਦੇਣਾ ਨਾ ਤਾਂ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਬਹੁਤ ਚੰਗੀ ਚੰਗੀ ਸੋਚ ਹੈ ਜੀ ਦੱਸੋ ਇਹ ਜਿਹੜਾ ਸੁਪਰੀਮ ਕੋਰਟ ਨੇ ਕੱਲ ਫੈਸਲਾ ਦਿੱਤਾ ਵਾ ਇਹਦੇ ਬਾਰੇ ਤੁਹਾਡਾ ਕੀ ਦ੍ਰਿਸ਼ਟੀਕੋਣ ਹੈ ਇਹਦੇ ਬਾਰੇ ਦ੍ਰਿਸ਼ਟੀਕੋਣ ਮੇਰਾ ਇਹ ਹੈਗਾ ਕਿ ਜਿਹੜੀਆਂ ਸਾਡੇ ਇੱਥੇ ਵੀ ਸਾਨੂੰ ਕੋਈ ਪਤਾ ਨਹੀਂ ਲੱਗਦਾ ਵੀ ਇੱਥੇ ਵਰਮਾ ਆ ਕੇ ਗਿਆ ਕੋਈ CIA ਫੋਰਸ ਦਾ ਨਹੀਂ ਜਨਰਲ ਜਾਂ ਕੋਈ ਸਟੱਗ ਵਰਨ ਕਾਨੂੰਨੀ ਵਿਦੇ ਲੈਣਾ ਬਹੁਤ ਪਤਾ ਨਹੀਂ ਲੱਗਦਾ ਕੁਝ ਵੀ ਹਾਂਜੀ ਆਪਣੇ ਜਿਹੜੀ ਜਿਹੜੀ ਪੰਜਾਬ ਦੀ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰਦੀ ਹਾਂ ਪੰਜਾਬ ਦੀ ਪ੍ਰਾਖ ਦੀ ਇਹ ਆ ਕਿ ਪੰਜਾਬੀ ਇਹ ਲੋਕਾਂ ਨੇ ਵੀ ਫਿਕਰਾਂ ਸੀ ਹੈ ਕਿ ਮੁੰਮਾ ਵੀ ਹੁੰਦਾ ਵੀ ਟੀਵੀ ਦੇ ਪੂਰੇ ਜਾਂ ਟੀਵੀ ਤੇ ਜਾਂ ਰੇਡੀਓ ਤੇ ਜਾਂ ਸੜੀ ਖਵਾਲਾਂ ਦੇ ਫੋਟੋ ਲੱਗਣ ਹਨਾ ਤੇ ਮੈਂ ਥੋੜੀ ਜੀ ਇੱਕ ਗੱਲ ਕਹਿਣਾ ਚਾਹੁੰਦੀ ਐ ਜਿਵੇਂ ਬਾਂਦਰ ਨੇ ਸਾਈਕਲ ਬਣਦੇ ਉੱਤੇ ਉੱਤੇ ਦਾ ਸਾਈਕਲ ਦੀਆਂ ਟੋਕਰੀਆਂ ਦਾ ਵੀ ਬਾਂਦਰ ਦੀਆਂ ਫੋਟੋਆਂ ਲੱਗੀਆਂ ਸੀਗੀਆਂ ਇਹ ਲੋਕੀ ਨਹੀਂ ਹਟਣਗੇ ਕੁਲਬੀਰ ਕੌਰ ਜੀ ਮੇਰੇ ਖਿਆਲਿਆ ਜਿਵੇਂ ਹੁਣ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵਾ ਮੈਨੂੰ ਪਤਾ ਵਾ ਕਿ ਜਿਹੜੀਆਂ ਸਰਕਾਰਾਂ ਵਾ ਉਹ ਕੋਈ ਨਾ ਕੋਈ ਟੰਗ ਤਰੀਕਾ ਲੱਭਦੀਆਂ ਹੁੰਦੀਆਂ ਵਾ ਵੀ ਇਹ ਫੈਸਲੇ ਨੂੰ ਕਿਵੇਂ ਸਰਕਮਵੈਂਟ ਕੀਤਾ ਜਾਵੇ ਪਰ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਤਾ ਵਾ ਓਮਬਡਸਮੈਨ ਜਿਹੜਾ ਇਹਨੂੰ ਇਨਫੋਰਸ ਕਰੂਗਾ ਇਨਫੈਕਟ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਵਾ ਕਿ ਜਿਹੜਾ ਪ੍ਰਧਾਨ ਮੰਤਰੀ ਆ ਔਰ ਰਾਸ਼ਟਰਪਤੀ ਆ ਔਰ ਚੀਫ ਜਸਟਿਸ ਆਫ ਇੰਡੀਆ ਵਾ ਉਹਨਾਂ ਦੀ ਵੀ ਮਰਜ਼ੀ ਹੋਣੀ ਚਾਹੀਦੀ ਆ ਕਿ ਉਹਨਾਂ ਦੀ ਫੋਟੋ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ ਚਾਹੀਦੀ ਉਹਨਾਂ ਨੂੰ ਬਿਨਾਂ ਪ ਸੋ ਇਸ ਕਰਕੇ ਮੇਰੇ ਖਿਆਲੇ ਇਹ ਇਨਫੋਰਸ ਜ਼ਰੂਰ ਹੋਊਗਾ ਤੁਸੀਂ ਗੱਲ ਸਹੀ ਕੀਤੀ ਆ ਕਿ ਜਿਹੜਾ ਸਾਈਕਲ ਬਣਦੇ ਆ ਸਾਈਕਲ ਦੀ ਵੀ ਟੋਕਰੀ ਤੇ ਫੋਟੋ ਬਦਲ ਸਾਹਿਬ ਦੀ ਲੱਗੀ ਹੁੰਦੀ ਆ ਇਸੇ ਤਰ੍ਹਾਂ ਹੀ ਜਿਹੜੀਆਂ ਐਂਬੂਲੈਂਸਸ ਆ ਇਥੇ ਮੈਡੀਕਲ ਐਂਬੂਲੈਂਸਸ ਉਹਨਾਂ ਤੇ ਵੀ ਵੈਸੇ ਤੇ ਉਹ ਕੇਂਦਰੀ ਸਕੀਮ ਸੀ ਲੇਕਿਨ ਉਹਨਾਂ ਤੇ ਵੀ ਸਟੇਟ ਨੇ ਬਦਲ ਸਾਹਿਬ ਦੀ ਫੋਟੋ ਲਾਤੀ ਸੀ ਮੇਰੇ ਖਿਆਲ ਇਹਦਾ ਫਰਕ ਜ਼ਰੂਰ ਪਊਗਾ ਦੇਖਦੇ ਆ ਕਿ ਸਰਕਾਰਾਂ ਜਿਹੜੀਆਂ ਵਾ ਉਹ ਕੀ ਢੰਗ ਤਰੀਕੇ ਲੱਭਦੀਆਂ ਵਾ ਇਹਨੂੰ ਇਹਨੂੰ ਸਰਕਮਵੈਂਡ ਕਰਨ ਲਈ ਇਹਦੀ ਉਲੰਘਣਾ ਕਰਨ ਵਾਸਤੇ ਕੁਲਬੀਰ ਕੌਰ ਜੀ ਬਹੁਤ ਬਹੁਤ ਧੰਨਵਾਦ ਇੱਕ ਹੋਰ ਸੱਜਣ ਐਸ ਵੇਲੇ ਸਾਡੇ ਨਾਲ ਨੇ ਔਰ ਉਹਨਾਂ ਦਾ ਨਜ਼ਰੀਆ ਦੇਖਦੇ ਹਾਂ ਇਸ ਮਸਲੇ ਤੇ ਕੀ ਹੈ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸੰਦੂ ਸਾਹਿਬ ਮੈਂ ਸੁਖਵੀਰ ਗਿੱਲ ਯੂ ਐਸ ਏ ਤੋਂ ਬੋਲ ਰਿਹਾ ਪੈਂਸਿਲਵੇਨੀਆ ਸੂਬੇ ਤੋਂ ਹਾਂਜੀ ਸੁਪੀਰ ਗਿੱਲ ਜੀ ਬਹੁਤ ਬਹੁਤ ਸਵਾਗਤ ਹੈ ਸ਼ੋਅ ਦੇ ਵਿੱਚ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹ ਕਹਿਣਾ ਤਾਂ ਕੁਝ ਨਹੀਂ ਜੀ ਪਰ ਅਸੀਂ ਤੁਹਾਡਾ ਧੰਨਵਾਦ ਕਰਨਾ ਮੰਗਦੇ ਹਾਂ ਤੁਸੀਂ ਇਦਾਂ ਦੇ ਪ੍ਰੋਗਰਾਮ ਲੈ ਕੇ ਆਉਂਦੇ ਆ ਕਿਉਂ ਸਾਨੂੰ ਪੰਜਾਬ ਦੀ ਪੋਲੀਟਿਸ਼ੀਅਨ ਵਾਸਤੇ ਤੇਨਾ ਕੁਝ ਜ਼ਿਆਦਾ ਨੌਲੇਜ ਨਹੀਂ ਪਰ ਅਸੀਂ ਜਾ ਨੂੰ ਫੋਲੋ ਕਰ ਰਹੇ ਆ ਫੇਸਬੁੱਕ ਵਗੈਰਾ ਤੇ ਜਾਂ WhatsApp ਤੇ ਜਾਂ ਗਲੋਬਲ ਪੰਜਾਬ ਤੇ ਵੀ ਮੈਨੂੰ ਬਹੁਤ ਅੱਛਾ ਲੱਗਾ ਮੇਰੇ ਯਾਰ ਦੋਸਤ ਹੋਰ ਬਹੁਤ ਹੈ ਜਿਹੜਾ ਤੁਹਾਨੂੰ ਮਤਲਬ ਬਹੁਤ ਜ਼ਿਆਦਾ ਤੁਹਾਡਾ ਅਪਰੀਸ਼ੀਏਟ ਕਰਨਾ ਮੰਗਦੇ ਆ ਪਰ ਤੇ ਇੰਨਾ ਹੀ ਮੈਂ ਕਹਿਣਾ ਮੰਗਦਾ ਥੈਂਕ ਯੂ ਮਿਹਰਬਾਨੀ ਸੁਪੀਰ ਜੀ ਤੁਸੀਂ ਉਥੋਂ ਦੀ ਜਿਹੜੀ ਸਿਆਸਤ ਆ ਅ ਅਮਰੀਕਾ ਦੀ ਸਿਆਸਤ ਆ ਉਹਦੇ ਚ ਵੀ ਦਿਲਚਸਪੀ ਲੈਂਦੇ ਜੇ ਕਿ ਸਿਰਫ ਆਪਣੇ ਪੰਜਾਬ ਦੀ ਸਿਆਸਤ ਤੇ ਦਿਲਚਸਪੀ ਲੈਂਦੇ ਜੇ ਨਹੀਂ ਜੀ ਅਸੀਂ ਦੋਨੇ ਪਾਸੇ ਦਿਲਚਸਪੀ ਲੈ ਰਹੇ ਆ ਤੇ ਪਰ ਮੈਨੂੰ ਲੱਗ ਰਿਹਾ ਜਿਦਾਂ ਤੁਸੀਂ ਜਰਨਲਿਸਟ ਹੈ ਪੰਜਾਬ ਦੇ ਵਿੱਚ ਇਦਾਂ ਦੇ ਹੋਰ ਦੋ ਚਾਰ ਆ ਜਾਣ ਜਿਹੜਾ ਆਪਣੇ ਪੰਨੂ ਸਾਹਿਬ ਇਹ ਹੋਣੇ ਸਾਨੂੰ ਬਹੁਤ ਅੱਛੇ ਲੱਗ ਰਹੇ ਆ ਕਿ ਉਹ ਤੁਸੀਂ ਸੱਚ ਬੋਲ ਰਹੇ ਹੋ ਬਸ ਸਾਨੂੰ ਸੱਚ ਬੋਲਣ ਵਾਲੇ ਦੀ ਲੋੜ ਹੈ ਮਿਹਰਬਾਨੀ ਜੀ ਮਿਹਰਬਾਨੀ ਕੋਸ਼ਿਸ਼ ਜ਼ਰੂਰ ਕਰਾਂਗੇ ਸੁਖਬੀਰ ਜੀ ਇਸੇ ਤਰ੍ਹਾਂ ਹੀ ਅਸੀਂ ਆਪਣਾ ਕੰਮਕਾਜ ਕਰਦੇ ਰਹੀਏ ਇੱਕ ਹੋਰ ਇਸ ਵੇਲੇ ਸੱਜਣ ਨੇ ਸਾਡੇ ਨਾਲ ਉਹ ਦੇਖਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਕੀ ਸੁਝਾਅ ਦੇਣਾ ਚਾਹੁੰਦੇ ਆ ਹੈਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਮੈਂ ਸ਼ਮਸ਼ੇਰ ਸਿੰਘ ਬੋਲ ਰਿਹਾ ਜੀ ਲਾਸ ਏਂਜਲਸ ਹਾਂਜੀ 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 ਸ਼ਮਸ਼ੇਰ ਸਿੰਘ ਜੀ ਲਾਸ ਏਂਜਲਸ ਤੇ ਉਨ ਕਾਫੀ ਗਰਮੀ ਹੋ ਗਈ ਪੜਿਆ ਕਿ ਜਿਹੜਾ ਇਤਿਹਾਸ ਸੁਪਰੀਮ ਕੋਰਟ ਦਾ ਤਾਜ਼ਾ ਕੱਲ ਦਾ ਫੈਸਲਾ ਆਇਆ ਜੀ ਮੈਂ ਜਿਹੜਾ ਪੂਰੀ ਤਰ੍ਹਾਂ ਸਹਿਮਤ ਨਹੀਂ ਅੱਛਾ ਜੀ ਹੁਣ ਤਾਂ ਇਹ ਚਾਹੀਦਾ ਆ ਵੀ ਸੂਬਿਆਂ ਦੇ ਮੁੱਖ ਮੰਤਰੀ ਸੂਬਿਆਂ ਦੇ ਗਵਰਨਰ ਪ੍ਰਧਾਨ ਮੰਤਰੀ ਇੱਥੇ ਤੇ ਰਾਸ਼ਟਰਪਤੀ ਦੀ ਹੀ ਫੋਟੋ ਸਰਕਾਰੀ ਅਸਾਰਾਂ ਵਿੱਚ ਹੋਣੀਆਂ ਚਾਹੀਦੀਆਂ ਨੇ ਸੋ ਤੁਹਾਡਾ ਮਤਲਬ ਹੈ ਗਵਰਨਰ ਤੇ ਚੀਫ ਮਿੰਿਸਟਰ ਨੂੰ ਜਿਵੇਂ ਉੱਥੇ ਪ੍ਰਧਾਨ ਮੰਤਰੀ ਨੂੰ ਐਗਜ਼ੈਪਟ ਕੀਤਾ ਵਾ ਇੱਥੇ ਗਵਰਨਰ ਤੇ ਚੀਫ ਮਿੰਿਸਟਰ ਨੂੰ ਵੀ ਐਗਜ਼ੈਪਟ ਕਰਨਾ ਚਾਹੀਦਾ ਵਾ ਨੰਬਰ 2 ਨੰਬਰ 2 ਵੀ ਜਿਹੜਾ ਮੈਨੂੰ ਚੀਫ ਜੱਜ ਦੀ ਫੋਟੋ ਦੀ ਅਲਾਉਡ ਕੀਤਾ ਮੇਰਾ ਖਿਆਲ ਆ ਵੀ ਇਹ ਨਹੀਂ ਹੋਣਾ ਚਾਹੀਦਾ ਕਿਸੇ ਵੀ ਸਹਬਾਨ ਦੀ ਕਿਸੇ ਹਸਤਿਆਰ ਤੇ ਫੋਟੋ ਨਹੀਂ ਹੋਣੀ ਚਾਹੀਦੀ ਕਿਉਂਕਿ ਪੁਰਾਣੀ ਰਵਾਇਤ ਦੀ ਜੱਜ ਸਾਹਿਬਾਂ ਦਾ ਕਿਸੇ ਆਪਦੇ ਰਿਸ਼ਤੇਦਾਰ ਦੇ ਮਤਲਬ ਵਿਆਹ ਸੱਦਿਆਂ ਤੇ ਵੀ ਸਮਾਗਮਾਂ 'ਚ ਵੀ ਨਹੀਂ ਜਾਂਦੇ ਹੁੰਦੇ ਸੀ ਇਹ ਬਿਲਕੁਲ ਇਨਫੈਕਟ ਬਹੁਤ ਵਧੀਆ ਟਿੱਪਣੀ ਤੁਸੀਂ ਕੀਤੀ ਆ ਕਿ ਜੇ ਉੱਥੇ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਆਫਟਰ ਆਲ ਪ੍ਰਾਈਮ ਮਿਨਿਸਟਰ ਜਿਹੜਾ ਵਾ ਉਹ ਕੇਂਦਰ ਸਰਕਾਰ ਦਾ ਮੁਖੀ ਹੁੰਦਾ ਇਸੇ ਤਰ੍ਹਾਂ ਹੀ ਰਾਜ ਸਰਕਾਰ ਦਾ ਮੁਖੀ ਹੈ ਚੀਫ ਮਿਨਿਸਟਰ ਅ ਪ੍ਰੈਜ਼ੀਡੈਂਟ ਆਫ ਇੰਡੀਆ ਨੰਬਰ 1 ਸਿਟੀਜ਼ਨ ਆ ਮੁਲਕ ਦਾ ਇਸੇ ਤਰ੍ਹਾਂ ਹੀ ਨੰਬਰ 1 ਸਿਟੀਜ਼ਨਸ ਰਾਜ ਦਾ ਜਿਹੜਾ ਵਾ ਉਹ ਗਵਰਨਰ ਹੁੰਦਾ ਜੇ ਉਹਨਾਂ ਨੂੰ ਉੱਥੇ ਐਗਜ਼ੈਂਪਟ ਕੀਤਾ ਵਾ ਤੇ ਤੁਸੀਂ ਇੱਥੇ ਗਵਰਨਰ ਤੇ ਚੀਫ ਮਿਨਿਸਟਰ ਨੂੰ ਐਗਜ਼ੈਂਪਟ ਕਿਉਂ ਨਹੀਂ ਕੀਤਾ ਇਨਫੈਕਟ ਕੱਲ ਟੈਲੀਵਿਜ਼ਨ ਤੇ ਵੱਖਰੇ ਵੱਖਰੇ ਚੈਨਲਾਂ ਤੇ ਜਿਹੜੀ ਡਿਬੇਟ ਆ ਰਹੀ ਸੀ ਉੱਥੇ ਵੀ ਇਹ ਇਹਦੇ ਤੇ ਵਿਚਾਰ ਵਟਾਂਦਰਾ ਹੋ ਰਿਹਾ ਸੀ ਇਹਦੇ ਤੇ ਲੋਕੀ ਕਿੰਤੂ ਪਰੰਤੂ ਕਰ ਰਹੇ ਸੀ ਦੂਸਰੀ ਗੱਲ ਜਿਹੜੀ ਆ ਬਿਲਕੁਲ ਸਹੀ ਆ ਚੀਫ ਜਸਟਿਸ ਆਫ ਇੰਡੀਆ ਉਹ ਇੱਕ ਬਿਲਕੁਲ ਪਰਦੇ ਦੇ ਪਿੱਛੇ ਰਹਿ ਕੇ ਆਪਣੀ ਭੂਮਿਕਾ ਨਿਭਾਉਂਦੇ ਆ ਇਨਫੈਕਟ ਜਿਵੇਂ ਆਉਂਦੇ ਆ ਨਾ ਕਿ ਉਹ ਤੇ ਦਿਖਦੇ ਵੀ ਨਹੀਂਗੇ ਸਿਰਫ ਉਹਨਾਂ ਦੇ ਫੈਸਲੇ ਜਿਹੜੇ ਆ ਉਹ ਲੋਕਾਂ ਨੂੰ ਲੋਕਾਂ ਤੱਕ ਪਹੁੰਚਦੇ ਆ ਸੋ ਚੀਫ ਜਸਟਿਸ ਆਫ ਇੰਡੀਆ ਨੂੰ ਇਹਨਾਂ ਦੇ ਨਾਲ ਬਰਾਬਰ ਮਿਲਾਉਣਾ ਇਹ ਲੱਗਦਾ ਜਿਵੇਂ ਸਟੇਟਸ ਗੇਮ ਦੇ ਵਿੱਚ ਹੀ ਪਏ ਆ ਮੇਰੇ ਖਿਆਲ ਬਿਲਕੁਲ ਠੀਕ ਆ ਚੀਫ ਜਸਟਿਸ ਆਫ ਇੰਡੀਆ ਨੂੰ ਬਿਲਕੁਲ ਇਹ ਐਗਜ਼ੈਂਪਸ਼ਨ ਨਹੀਂ ਹੋਣੀ ਚਾਹੀਦੀ ਔਰ ਸੁਪਰੀਮ ਕੋਰਟ ਨੇ ਕਿਉਂਕਿ ਆਪ ਫੈਸਲਾ ਦਿੱਤਾ ਵਾ ਮੇਰੇ ਖਿਆਲ ਉਹਨ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਐਗਜ਼ੈਪਟ ਕਰਤਾ ਵਾ ਕਾਮਨ ਕਾਜ਼ ਔਰ ਸੈਂਟਰਲ ਫਾਰ ਪੀਆਈਐਲ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀਆਂ ਦੋ ਸੰਸਥਾਵਾਂ ਵਾਂ ਉਹਨਾਂ ਨੂੰ ਇੱਕ ਰਿਵਿਊ ਪਟੀਸ਼ਨ ਫਾਈਲ ਕਰਨੀ ਚਾਹੀਦੀ ਆ ਕਿ ਚੀਫ ਜਸਟਿਸ ਆਫ ਇੰਡੀਆ ਨੂੰ ਡੈਫੀਨਿਟਲੀ ਇਹ ਚੋਂ ਕੱਢਿਆ ਜਾਵੇ ਔਰ ਮੁੱਖ ਮੰਤਰੀ ਔਰ ਗਵਰਨਰ ਕੁਝ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਪਰਮਿਸ਼ਨ ਜ਼ਰੂਰ ਦਿੱਤੀ ਜਾਵੇ ਇਨਸੈਟਿਵਾ ਦੇ ਤੇ ਹੋਰ ਵੀ ਕੁਝ ਕਲੋਜ਼ਸ ਹੈਗੇ ਆ ਮੈਂ ਉਹਨਾਂ ਬਾਰੇ ਅੱਗੇ ਜਦੋਂ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਅੱਗੇ ਉਹਦੇ ਵਿੱਚ ਮੈਂ ਜ਼ਰੂਰ ਉਹ ਮਸਲਿਆਂ ਨੂੰ ਵੀ ਟੱਚ ਕਰੂੰਗਾ ਸ਼ਮਸ਼ੇਰ ਜੀ ਬਹੁਤ ਧੰਨਵਾਦ ਹੈ ਤੁਸੀਂ ਜੋ ਦੋ ਜਿਹੜੇ ਨੁਕਤੇ ਤੁਸੀਂ ਪੁਆਇੰਟ ਆਊਟ ਕੀਤੇ ਆ ਬਹੁਤ ਚੰਗੇ ਨੁਕਤੇ ਆ ਇੱਕ ਹੋਰ ਸੱਜਣ ਸਾਡੇ ਨਾਲ ਨੇ ਆਓ ਦੇਖਦੇ ਆ ਇਹਨਾਂ শ্রোਤਾਂ ਦਾ ਕੀ ਵਿਚਾਰ ਆ ਹੈਲੋ 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 ਹਰਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੇਸ਼ਨ ਬੋਲਦਾ ਜੀ ਇੰਦਿਆਨਤੋ ਹਾਂਜੀ ਹਾਂਜੀ ਸਵਾਗਤ ਹੈ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਹਾਂਜੀ ਆਪ ਜੀ ਦੇ ਪ੍ਰੋਗਰਾਮ ਵਾਲਿਆ ਜੀ ਮੈਂ ਦੇਖਿਆ ਸੀ ਬਹੁਤ-ਬਹੁਤ ਧੰਨਵਾਦ ਜੀ ਆਪ ਜੀ ਦਾ ਮਿਹਰਬਾਨੀ ਜੀ ਅੱਜ ਦੇ ਅੱਜ ਦੇ ਮਸਲੇ ਤੇ ਕੀ ਤੁਸੀਂ ਕੋਈ ਟਿੱਪਣੀ ਕਰਨੀ ਚਾਹੋਗੇ ਜੀ ਹਾਂ ਜੀ ਕਿਉਂਕਿ ਫੋਟੋ ਤੇ ਨਹੀਂ ਲਕੜਨੀਆਂ ਚਾਹੀਦੀਆਂ ਪਰ ਜਿਹੜੀਆਂ ਪਿਆਰੇ ਪੁਨਿਆਰੇ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਦਲ ਹੋਣਾਂ ਦੀਆਂ ਲਾਈਆਂ ਉਹਨਾਂ ਬਾਰੇ ਤੁਹਾਡਾ ਕੀ ਦ੍ਰਿਸ਼ਟੀਕੋਣ ਹੈ ਜੀ ਪੁਨਿਆਰੇ ਵਾਲੇ ਬਾਰੇ ਨੇ ਕੀ ਕਿਹਾ ਬਾਜੀ ਉਹ ਇਹਨਾਂ ਨੇ ਬਾਦਲ ਹੋਣਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਉਹ ਤੇ ਗਲਤ ਹੈ ਜੀ ਤੇ ਚੀਜ਼ਾਂ ਜਿਹੜੀਆਂ ਵਾ ਇਹਨਾਂ ਬਾਰੇ ਤੇ ਆਪਣੀ ਟਿੱਪਣੀ ਕਰਨੀ ਵੀ ਜਿਹੜੀ ਮੇਰੇ ਖਿਆਲ ਸਹੀ ਨਹੀਂ ਹੋਊਗੀ ਅੱਜ ਕੱਲ ਦੇ ਜਿਹੜੇ ਸਿਆਸੀ ਲੀਡਰ ਆ ਉਹਨਾਂ ਨੂੰ ਤੁਸੀਂ ਜਿਹੜੇ ਪੁਰਾਣੇ ਮਹਾਪੁਰਸ਼ ਸੀਗੇ ਉਹਨਾਂ ਨਾਲ ਆਪਾਂ ਕਿਵੇਂ ਮਿਲਾ ਸਕਦੇ ਆ ਇਹੋ ਜੀ ਗੱਲ ਦੇ ਬਾਰੇ ਮੇਰੇ ਖਿਆਲ ਆ ਇਸੇ ਕਰਕੇ ਲੋਕਾਂ ਦੇ ਵਿੱਚ ਰੋਸ ਆ ਲੋਕਾਂ ਦੇ ਵਿੱਚ ਇਹਨਾਂ ਦੇ ਖਿਲਾਫ ਗੁੱਸਾ ਵਾ ਮੇਰੇ ਖਿਆਲ ਇਹ ਜਿਹੜੇ ਲੋਕੀਆ ਇਹਨਾਂ ਨੂੰ ਇਹ ਸਮਝ ਨਹੀਂ ਰਹੇ ਕਿ ਜਿਹੜੇ ਸਾਡੇ ਪੁਰਾਣਾ ਜਿਹੜੇ ਮਹਾਪੁਰਸ਼ ਸੀਗੇ ਉਹਨਾਂ ਦੀ ਕੀ ਉਹਨਾਂ ਦੀ ਜਿਹੜੀ ਕੀ ਭੂਮਿਕਾ ਸੀਗੀ ਉਹਨਾਂ ਨੇ ਕੀ ਕੁਝ ਕੀਤਾ ਸਮਾਜ ਵਾਸਤੇ ਔਰ ਅੱਜ ਕੱਲ ਦੇ ਸਿਆਸੀ ਲੀਡਰ ਆ ਉਹ ਕੀ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਇੱਕ ਹੋਰ ਸੱਜਣ ਨੇ ਸਾਡੇ ਨਾਲ ਨੇ ਔਰ ਉਹਨਾਂ ਦਾ ਵੀ ਵਿਚਾਰ ਸੁਣਦੇ ਆ ਵਿਚਾਰ ਸਾਂਝਾ ਕਰਦੇ ਆ ਹੈਲੋ ਜੀ ਸੰਦੀਪ ਸਿੰਘ ਸਰ ਬਸਤੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੇ ਬਹੁਤ ਚੰਗਾ ਕੀਤਾ ਇਸ ਸੁਪਰੀਮ ਕੋਰਟ ਨੇ ਹਾਂਜੀ ਹਾਂਜੀ ਬਲ ਸਾਹਿਬ ਹੋ ਰਹੇ ਬਲ ਸਾਹਿਬ ਪਾਣੀ ਹੰਦੀ ਦਿੱਲੀ ਤੋਂ ਆਉਂਦੇ ਆਉਂਦੇ ਵਾਗੇ ਬਾਰਡਰ ਤੱਕ ਜਾਂਦੇ ਜਾਂਦੇ ਪਰਫਮ ਨੂੰ ਖੁਰਕੇ ਤੇ ਪਾਣੀ ਰਹਿ ਜਾਣਾ ਜੀ ਨਹੀਂ ਨਹੀਂ ਉਹ ਬਾਤ ਦੱਸਿਆ ਨਾ ਵੀ ਉੱਥੇ ਉਹਨਾਂ ਨੇ ਕਮੇਟੀ ਬਣਾਈ ਹੈ ਇਹਦੀ ਇਨਫੋਰਸਮੈਂਟ ਕਰਨ ਵਾਸਤੇ ਮੈਂ ਤੁਹਾਨੂੰ ਦੱਸਿਆ ਸਾਰੀ ਫੋਰਸ ਸਾਰੀ ਆਰਮੀ ਸਾਰੀ ਪੀਐਸਐਨ ਬੀਐਸਐਫ ਲੱਗੀ ਹੋਈ ਹੈ ਵੀ ਨਸ਼ੇ ਰੋਕ ਰੋ ਗਿਆ ਮੋਦੀ ਸਾਹਿਬ ਜੇਟਲੀ ਸਾਹਿਬ ਖੁਦ ਉੱਥੇ ਗਏ ਗਏ ਸੀ ਪੈਸੰਟੇ ਸੀ ਵੀ ਕੋਈ ਹੋਰ ਕਰਦਾ ਨਹੀਂ ਨਹੀਂ ਪਰ ਜੀ ਦੇਖੋ ਮੇਰਾ ਖਿਆਲ ਆ ਹੋ ਸਕਦਾ ਵਾ ਕੁਝ ਕੁਐਸਚਨ ਜ਼ਰੂਰ ਹੋਣਗੇ ਆ ਪਰ ਮੇਰਾ ਖਿਆਲ ਆ ਲੋਕੀ ਵੀ ਹੁਣ ਜਾਗਰੂਕ ਆ ਮੀਡੀਆ ਵੀ ਜਾਗਰੂਕ ਆ ਮੀਡੀਆ ਵੀ ਪੁਆਇੰਟ ਆਊਟ ਕਰੂਗਾ ਸੋ ਦੇਖਦੇ ਆ ਕਿ ਅੱਗੇ ਕੀ ਹੁੰਦਾ ਵਾ ਹੋ ਸਕਦਾ ਵਾ ਇਸ ਫੈਸਲੇ ਦੇ ਕੁਝ ਪਹਿਲੂ ਜਿਹੜੇ ਆ ਉਹਨਾਂ ਨੂੰ ਚੈਲੰਜ ਸੁਪਰੀਮ ਕੋਰਟ ਦੇ ਵਿੱਚ ਹੀ ਕੀਤਾ ਜਾਵੇ ਜਾਂ ਇਹ ਵੀ ਹੋ ਸਕਦਾ ਵਾ ਕਿ ਕੇਂਦਰ ਸਰਕਾਰ ਔਰ ਰਾਜ ਸਰਕਾਰਾਂ ਕੋਈ ਨਾ ਕੋਈ ਪਾਰਲੀਮੈਂਟ ਔਰ ਵਿਧਾਨ ਸਭਾ ਦੇ ਵਿੱਚ ਕੋਈ ਨਾ ਕੋਈ ਇਹੋ ਜੀ ਐਮੈਂਡਮੈਂਟ ਜਿਹੜੀ ਆ ਕੋਈ ਸੋਧ ਲੈ ਕੇ ਆਉਣ ਜਿਹਦੇ ਤਹਿਤ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਵਾ ਉਹ ਇਹਨਾਂ ਇਸ਼ਤਿਹਾਰਾਂ ਤੇ ਲੱਗ ਸਕਦੀਆਂ ਵੈਸੇ ਤੇ ਹੁਣ ਮੇਰਾ ਆਪਣਾ ਮੰਨਣਾ ਵਾ ਕਿ ਇਹ ਜਿਹੜੇ ਇਸ਼ਤਿਹਾਰ ਵੀ ਦਿੱਤੇ ਜਾਂਦੇ ਆ ਇਹ ਵੀ ਇੱਕ ਪੈਸੇ ਦੀ ਵੇਸਟੇਜ ਆ ਕਿਉਂਕਿ ਹੁਣ ਸਾਰੀਆਂ ਵੈਬਸਾਈਟਸ ਸਾਰੀਆਂ ਡਿਪਾਰਟਮੈਂਟਸ ਨੇ ਸਰਕਾਰਾਂ ਨੇ ਵੈਬਸਾਈਟਸ ਲਾਈਆਂ ਵਾ ਜੇ ਨੌਕਰੀਆਂ ਵੀ ਤੁਸੀਂ ਐਡਵਰਟਾਈਜ਼ ਕਰਨੀਆਂ ਵਾ ਤੇ ਉਹਨਾਂ ਵਾਸਤੇ ਵੀ ਤੁਸੀਂ ਵੈਬਸਾਈਟ ਤੇ ਜਾ ਕੇ ਵੇਖ ਸਕਦੇ ਜੇ ਬਹੁਤ ਸਾਰੀਆਂ ਐਡਵਰਟਾਈਜ਼ਮੈਂਟਸ ਜਿਹੜੀਆਂ ਵਾ ਉਹਨਾਂ ਦੀ ਵੀ ਹੁਣ ਬਹੁਤੀ ਲੋਡ ਨਹੀਂ ਔਰ ਕਈ ਡਿਪਾਰਟਮੈਂਟਸ ਨੇ ਇਹ ਇਸ਼ਤਿਹਾਰ ਦੇਣੇ ਵੈਸੇ ਵੀ ਬੰਦ ਹੀ ਕਰਤੇ ਆ। ਬਹੁਤ ਬਹੁਤ ਧੰਨਵਾਦ ਬਲਜੀ ਇੱਕ ਹੋਰ ਸੱਜਣ ਨੇ ਸਾਡੇ ਨਾਲ ਔਰ ਦੇਖਦੇ ਹਾਂ ਉਹਨਾਂ ਦਾ ਇਸ ਮਸਲੇ ਤੇ ਕੀ ਸੁਝਾਅ ਹੈ। ਹੈਲੋ। ਹੈਲੋ ਜੀ। ਹਾਂਜੀ ਹਾਂਜੀ। ਮੈਂ ਸ੍ਰੀਦਰ ਸਿੰਘ ਨਾਲ ਬੋਲਦਾ ਕੱਲੇ ਹੋਇਆ ਤੇ ਅਸੀਂ ਤੁਹਾਨੂੰ ਜੀ। ਹਾਂਜੀ ਹਾਂਜੀ ਭਾਈ ਜਾਨ ਦੱਸੋ ਕੀ ਕਹਿਣਾ ਚਾਹੁੰਦੇ ਜੀ। ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਅਮਰੀਕਾ 'ਚ ਵੀ ਸ਼ੋਅ ਕਰਕੇ ਗਏ ਆ ਬਹੁਤ ਵਧੀਆ ਸ਼ੋਅ ਕਰ ਰਹੇ ਆ ਜੀ। ਮਿਹਰਬਾਨੀ ਜੀ ਤੁਸੀਂ ਅਮਰੀਕਾ ਕਿਸੇ ਸ਼ੋਅ ਤੇ ਆਤ ਨਹੀਂ ਸਕੇ। ਨੀ ਆ ਨਹੀਂ ਸਕੇ ਜੀ ਮੈਂ ਥੋੜਾ ਜਿਹਾ ਕੰਡ ਮੰਦਾ ਮੇਰੀ ਧੂਈ ਦਾ ਪ੍ਰਸ਼ਨ ਹੋਇਆ ਇਸ ਕਰਕੇ ਮੈਂ ਗੱਡੀ ਕੁਡੀ ਚੱਟ ਬੈਠਾ ਜੀ ਓਕੇ 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 ਚਲੋ ਆਪਣੀ ਖਿਆਰ ਰੱਖਿਓ ਜੀ ਹਾਂਜੀ ਦੱਸੋ ਅੱਜ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਕਹਿਣਾ ਇਹ ਚਾਹੁੰਦੇ ਕਿ ਇਹ ਫੈਸਲਾ ਤਾਂ ਬਹੁਤ ਵਧੀਆ ਹੈ ਪਰ ਅੱਗੇ ਵੀ ਬਹੁਤ ਹੁੰਦੇ ਇਹ ਮੰਨਦੇ ਕਿਉਂ ਨਹੀਂ ਕੋਟਾਂ ਨੂੰ ਗਵਰਨਮੈਂਟਾਂ ਜਿਹੜੀਆਂ ਇਹ ਹੁਣ ਪੰਜਾਬ ਕੋਰਨਰ ਤੇ ਵੀ ਜਿੰਨੇ ਵੀ ਫੈਸਲੇ ਕੋਟਾਂ ਦੇ ਹੁੰਦੇ ਮੰਨਦੇ ਨਹੀਂ ਆ ਇਹਦਾ ਕੀ ਮਤਲਬ ਲੈ ਜੀ ਬਿਲਕੁਲ ਜੀ ਮੇਰੇ ਖਿਆਲ ਇਸ ਕਰਕੇ ਨਹੀਂ ਮੰਨਦੇ ਕਿਉਂਕਿ ਮੀਡੀਆ ਤੇ ਲੋਕ ਜਾਗਰੂਕ ਨਹੀਂ ਹੈਗੇ ਜਦੋਂ ਇੱਕ ਫੈਸਲਾ ਹੁੰਦਾ ਵਾ ਜੇ ਲੋਕੀ ਉਸ ਫੈਸਲੇ ਨੂੰ ਇਨਫੋਰਸ ਕਰਾਉਣ ਤੇ ਮੇਰੇ ਖਿਆਲ ਕੋਈ ਵਜ੍ਹਾ ਨਹੀਂ ਕਿ ਉਹ ਫੈਸਲਾ ਇਨਫੋਰਸ ਨਾ ਹੋਵੇ ਪਰ ਜਾਗਰੂਕਤਾ ਵਧ ਰਹੀ ਆ ਅੱਗੇ ਨਾਲ ਐਜੂਕੇਸ਼ਨ ਵੀ ਵਧ ਰਹੀ ਆ ਸਿੱਖਿਆ ਦਾ ਜਿਹੜਾ ਆਧਾਰ ਆ ਉਹ ਵੀ ਵਧ ਰਿਹਾ ਵਾ ਤੇ ਦੇ ਨਾਲ ਹੌਲੀ ਹੌਲੀ ਜ਼ਰੂਰ ਫਰਕ ਪਊਗਾ ਮੇਰੇ ਖਿਆਲ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਮੈਨੂੰ ਹੁਣੇ ਜਿਵੇਂ ਇੱਕ ਆਪਣੇ ਸੱਜਣ ਨੇ ਕਿਹਾ ਕਿਸੇ ਨੇ ਕਿ ਉੱਥੇ ਕਿਵਰਾ ਪਤਾ ਵੀ ਨਹੀਂ ਲੱਗਦਾ ਕਈ ਕਈ ਮਹੀਨੇ ਉਹ ਟੀਵੀ ਤੇ ਜਾਂ ਅਖਬਾਰਾਂ ਦੇ ਵਿੱਚ ਬਰਾਕ ਓਬਾਮਾ ਦੀ ਜਾਂ ਉੱਥੋਂ ਦੇ ਜਿਹੜੇ ਹੋਰ ਅਹੁਦੇਦਾਰ ਆ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਵਾ ਉਹ ਦੇਖਦੇ ਨਹੀਂ ਕਿ ਅਖਬਾਰਾਂ ਜਾਂ ਟੀਵੀ ਦੇ ਵਿੱਚ ਵਾਕਈ ਜਦੋਂ ਕੋਈ ਖਬਰ ਹੁੰਦੀ ਆ ਜਾਂ ਕੋਈ ਬਾਹਰੋਂ ਕੋਈ ਵਿਜ਼ਿਟ ਕਰਨਾ ਆਉਂਦਾ ਵਾ ਉਦੋਂ ਹੀ ਉਹ ਲੋਕੀ ਟੀਵੀ ਤੇ ਆਉਂਦੇ ਆ ਇਹ ਨਹੀਂ ਕਿ ਆਪਣੇ ਆਪ ਨੂੰ ਬੜਾਵਾ ਦੇਣ ਵਾਸਤੇ ਹਮੇਸ਼ਾ ਹੀ ਆਪਣੀਆਂ ਫੋਟੋਆਂ ਆਪ ਹੀ ਉਹ ਲਾਈ ਜਾਣ ਇੱਕ ਇੱਕ ਹੋਰ ਸੱਜਣ ਸਾਡੇ ਨਾਲ ਨੇ ਆ ਉਹਨਾਂ ਦਾ ਦ੍ਰਿਸ਼ਟੀਕੋਣ ਦੇਖਦੇ ਆ ਕੀ ਆ ਹੈਲੋ ਹੌਲੀ ਫੋਰ ਸੀ ਹਾਂਜੀ 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 ਸਾਨੂੰ ਲਾਈਨ ਤੇ ਮੁਲਾਓ ਹਾਂਜੀ ਤੁਸੀਂ ਔਨ 에ਅਰ ਜੀ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਹਾਂਜੀ ਸਰ ਜੀ ਬੇਨਤੀ ਇਦਾਂ ਹੈ ਵੀ ਜਿਹੜੇ ਹਿੰਦੁਸਤਾਨ ਦੇ ਅੰਦਰ ਜਿਹੜੀ ਥੋੜਾ ਜਿਹਾ ਉੱਚੀ ਬੋਲਿਓ ਆਵਾਜ਼ ਕੱਟ ਆ ਰਹੀ ਥੜੀ ਹਾਂਜੀ ਸਰ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਹਾਂ ਹਾਂ ਜਿਹੜੇ ਹਿੰਦੁਸਤਾਨ ਦੇ ਅੰਦਰ ਫੋਟੋ ਲਾਉਂਦੇ ਨੇ ਹਾਂਜੀ ਜਿਹੜੇ ਹਿੰਦੁਸਤਾਨ ਦੇ ਅੰਦਰ ਫੋਟੋ ਲਾਉਂਦੇ ਨੇ ਹਾਂ ਹਾਂ ਇਦਾਂ ਤੇ ਪਾਰਟੀਆਂ ਲਾਉਂਦੀਆਂ ਜਿਹੜੇ ਉਹਨਾਂ ਦੇ ਕਰਹਿੰਦੇ ਨੇ ਉਹ ਵੀ ਆਪਣੀਆਂ ਫੋਟੋ ਲਾ ਕੇ ਤੇ ਗੁੰਮਰਾਹ ਕਰਦੇ ਨੇ ਦੇਖੋ ਅ ਉਹਦੇ ਤੇ ਤੇ ਸ਼ਾਇਦ ਪਾਬੰਦੀ ਨਹੀਂ ਲੱਗ ਸਕਣੀ ਇਹ ਸਿਰਫ ਇਹ ਸਿਰਫ ਸਰਕਾਰੀ ਖਰਚ ਦੇ ਨਾਲ ਜਿਹੜੀਆਂ ਫੋਟੋਆਂ ਲੱਗਦੀਆਂ ਸਰਕਾਰੀ ਇਸ਼ਤਿਹਾਰਾਂ ਤੇ ਜਿਹੜੀਆਂ ਫੋਟੋ ਲੱਗਦੀਆਂ ਸਿਰਫ ਉਹਨਾਂ ਤੇ ਪਾਬੰਦੀ ਆ ਜੇ ਕੋਈ ਆਪਣੀ ਪੈਸੇ ਖਰਚ ਕੇ ਫੋਟੋ ਲਾਉਣੀ ਚਾਵੇ ਤੇ ਉਹਦੇ ਤੇ ਤੇ ਪਾਬੰਦੀ ਮੇਰੇ ਖਿਆਲ ਨਹੀਂ ਲੱਗ ਸਕਦੀ ਔਰ ਇਹ ਮੇਰੇ ਖਿਆਲ ਆ ਉਹ ਫੋਟੋਆਂ ਤੇ ਮੇਰੇ ਖਿਆਲ ਲੱਗਦੀਆਂ ਰਹਿਣਗੀਆਂ ਉਹ ਇਨਫੈਕਟ ਇਹ ਜਿਹੜਾ ਫੈਸਲਾ ਵਾ ਉਹ ਸਿਰਫ ਜਿਹੜੇ ਸਰਕਾਰੀ ਮੁਲਾਜ਼ਮ ਇਹ ਉਹਨਾਂ ਤੇ ਲਾਗੂ ਆ ਇੱਕ ਹੋਰ ਸੱਜਣ ਸਾਡੇ ਨਾਲ ਨੇ ਉਹ ਉਹਨਾਂ ਦਾ ਵੀ ਇਸ ਮਸਲੇ ਤੇ ਸੁਝਾਅ ਦੇਖਦੇ ਕੀ ਹੈ ਹਲੋ 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 ਹਾਂਜੀ ਸੰਤੋਸ਼ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਰਾਜਵੰਦ ਬੋਲਦਾ ਸੀਗਾ ਕੈਲੀਫੋਰਨੀਆ ਤੋਂ ਫ੍ਰੀਮੌਰ ਤੋਂ ਹਾਂਜੀ ਹਾਂਜੀ ਰਾਜਵੰਦ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਕੋਡ ਦਰਸ਼ਨ ਕੀਤੇ ਸੀ ਜੀ ਇੱਥੇ ਆਪਣੇ ਮਿਲਪੀਟਸ ਤੁਸੀਂ ਪ੍ਰੋਗਰਾਮ ਕੀਤਾ ਸੀ ਹਾਂਜੀ ਹਾਂਜੀ ਮਿਲਪੀਟਸ ਜਿਆ ਲਾਸਟ ਸ਼ੋ ਸੀ ਸਾਡਾ ਅਮਰੀਕਾ ਦਾ ਟੂਰ ਦਾ ਹਾਂਜੀ ਹਾਂਜੀ ਮੈਂ ਸਮਝਦਾ ਤੁਸੀਂ ਉੱਥੇ ਇੱਕ ਤੁਹਾਨੂੰ ਕੁਐਸਚਨ ਪੁੱਛਿਆ ਸੀਗਾ ਆਪਣੇ ਬਾਪੂ ਸੂਰ ਸਿੰਘ ਦੀ ਲੜਕੀ ਨੇ ਤੇ ਉਹਨਾਂ ਨੇ ਕਿਹਾ ਸੀ ਆ ਵੀ ਤੁਹਾਨੂੰ ਮੈਂ ਕਾਫੀ ਚਾਰ ਟੂ ਰੀਚ ਕੀਤਾ ਤੇ ਤੁਸੀਂ ਉਹਨਾਂ ਨੂੰ ਨਹੀਂ ਤੁਹਾਡੇ ਨਾਲ ਕੰਟੈਕਟ ਹੋਇਆ ਪਰ ਤੁਸੀਂ ਕਿਹਾ ਸੀਗਾ ਵੀ ਮੇਰੇ ਕੋਲ মিডিਆ ਨਹੀਂ ਹੈਗਾ ਜਿਸ ਜਰੀਏ ਮੈਂ ਗੱਲ ਕਰ ਸਕਦੀ ਹਾਂ ਤੇ ਤੁਹਾਡੇ ਕੋਲ ਗਲੋਬਲ ਪੰਜਾਬ ਮੰਚ ਐਡਾ ਵਧੀਆ ਹੈਗਾ ਵੀ ਜੇ ਤੁਸੀਂ ਜਿੱਦਾਂ ਦੇ ਵੀ ਇੰਡੀਆ ਗਏ ਹੋਏ ਆ ਜੇ ਤੁਸੀਂ ਉਹਨਾਂ ਦੇ ਨਾਲ ਜਾਂ ਉਹਨਾਂ ਨਾਲ ਸੰਬੰਧਤ ਕੋਈ ਵੀ ਪ੍ਰੋਗਰਾਮ ਕਰ ਸਕਦੇ ਸੀ ਪਰ ਮੈਂ ਰੋਜ਼ ਤੁਹਾਡਾ ਪ੍ਰੋਗਰਾਮ ਐਵਰੀਡੇ ਦੇਖਦਾ ਪਹਿਲਾਂ ਵੀ ਦੇਖਦਾ ਸੀਗਾ ਡੇ ਐਂਡ ਨਾਈਟ ਵੀ ਦੇਖਦੇ ਸੀਗੇ ਜੀ ਜੀ ਪਰ ਉਦੋਂ ਤੁਹਾਡਾ ਤੁਸੀਂ ਆਪ ਉੱਥੇ ਪ੍ਰੋਮਿਸ ਕੀਤਾ ਸੀਗਾ ਕਿ ਮੇਰੇ ਕੋ ਕੋਈ ਮੰਚ ਨਹੀਂ ਸੀਗਾ ਤੇ ਮੈਨੂੰ ਟ੍ਰਿਬਿਊਨ ਛੱਡੇ ਨੂੰ ਟਾਈਮ ਹੋ ਗਿਆ ਤੇ ਤੁਹਾਡੇ ਕੋਈ ਮੰਚ ਹੋਣ ਹੈਗਾ ਆ ਬਹੁਤ ਦੁਨੀਆ ਸਾਨੂੰ ਦੇਖਦੀ ਬਹੁਤ ਤੁਹਾਡੇ ਫਾਲੋਅਰ ਹੈਗੇ ਆ ਇੱਕ ਹਿਊਮਨ ਰਾਈਟ ਦੇ ਲਈ ਉਹ ਬੰਦਾ ਬੈਠਾ ਹੋਇਆ ਪਖੜਤਾਲ ਦੇ ਲਈ ਤੇ ਜੇ ਸਿੱਖ ਜਿੱਥੇ ਵੀ ਕਿਤੇ ਵਿਵਦਾ ਪੈਂਦੀ ਹੋ ਹਰ ਚਾਹਾਂ ਪਹਿਲਾਂ ਪਹੁੰਚ ਜਾਂਦੇ ਚਾਹੇ ਉਹ ਨੇਪਾਲ ਹੋਵੇ ਚਾਹੇ ਗਜਰਾਤ ਹੋਵੇ ਜਾਂ ਕਿਸੇ ਵੀ ਪੱਖ ਹੋਵੇ ਪਰ ਇਹ ਵੀ ਇੱਕ ਹਿਊਮਨ ਰਾਈਟ ਦਾ ਮਸਲਾ ਹੈਗਾ ਪਰ ਲੋਕੀ ਇਹਨੂੰ ਸਿੱਖਾਂ ਦਾ ਆਪਣਾ ਇੰਡੀਵਿਜੂਅਲ ਮਸਲਾ ਮੰਨ ਕੇ ਇਹ ਤੋਂ ਪੱਛੇ ਖਿੱਚ ਜਾਂਦੇ ਚਾਹੇ ਕੋਈ ਵੀ ਮੀਡੀਆ ਹੋਵੇ ਚਾਹੇ ਕੋਈ ਪੱਤਰਕਾਰ ਹੋਵੇ ਚਾਹੇ ਕੋਈ ਵੀ ਇਵਨ ਮੈਂ ਤਾਂ ਉਦੋਂ ਸਾਰੇ ਤੁਹਾਡਾ ਸਾਰ ਮੈਂ ਬਹੁਤ ਜੱਥੋਂ ਦੇਖਦਾ ਮੈਂ ਸੋਚਦਾ ਸੀਗਾ ਬਈ ਤੁਸੀਂ ਜ਼ਰੂਰ ਇਸ ਵਿਸ਼ੇ ਤੇ ਪ੍ਰੋਗਰਾਮ ਕਰੋ ਜਰੂਰ ਜਰੂਰ ਇਹ ਪ੍ਰੋਗਰਾਮ ਇਹਦੇ ਤੇ ਕਰਾਂਗੇ ਕਿਉਂਕਿ ਮੈਨੂੰ ਇੱਕ ਹਫਤਾ ਹੀ ਹੋਇਆ ਇੱਥੇ ਵਾਪਸ ਆ ਕੇ ਇਨਫੈਕਟ ਹਾਲੀ ਤੱਕ ਮੇਰੇ ਖਿਆਲ ਇੱਕ ਹਫਤੇ ਦੀ ਪ੍ਰੋਗਰਾਮ ਅਸੀਂ ਕੀਤੇ ਆ ਔਰ ਤੁਹਾਨੂੰ ਪਤਾ ਹੀ ਆ ਕਿ ਪਿੱਛੇ ਇੱਕ ਬਹੁਤ ਹੋਰ ਬੜਾ ਗੰਭੀਰ ਮਸਲਾ ਇਹ ਵੀ ਬਹੁਤ ਗੰਭੀਰ ਮਸਲਾ ਵਾ ਜਿਹੜਾ ਬਾਪੂ ਸੁਰਤ ਸਿੰਘ ਨੇ ਚੁੱਕਿਆ ਵਾ ਇੱਕ ਹੋਰ ਬੜਾ ਗੰਭੀਰ ਮਸਲਾ ਜਿਹੜਾ ਵਾ ਉਹ ਮੋਗਾ ਬੱਸ ਕਾਂਡ ਦਾ ਪਿੱਛੋਂ ਹੋ ਗਿਆ ਸੀਗਾ ਸੋ ਉਹਦੇ ਤੇ ਲਗਾਤਾਰ ਕੋਈ ਨਾ ਕੋਈ ਡਿਵੈਲਪਮੈਂਟਸ ਹੋ ਰਹੀਆਂ ਵਾ ਰੋਜ਼ ਮਜ਼ਾਰੇ ਹੋ ਰਿਹਾ ਕੱਲ ਵੀ ਵੱਖਰੇ ਵੱਖਰੇ ਡੀਸੀ ਦਫ਼ ਰੋਜ਼ ਮਜ਼ਾਰੇ ਹੋਇਆ ਇੱਕ ਐਕਸ਼ਨ ਕਮੇਟੀ ਬਣੀ ਆ ਮੋਗਾ ਬਸ ਕੰਨ ਦੀ ਔਰ ਉਹ ਤਿੰਨ ਚਾਰ ਉਹਨਾਂ ਨੇ ਮੰਗਾ ਰੱਖੀਆਂ ਸੋ ਉਹਦੇ ਬਾਰੇ ਅਸੀਂ ਕਰੀਬ ਤੁਸੀਂ ਵੇਖਿਆ ਵਾ ਕੱਲ ਵੀ ਚਰਚਾ ਕੀਤੀ ਆ ਕੋਈ ਨਾ ਕੋਈ ਇਹੋ ਜਿਹਾ ਰੋਜ਼ ਇਸ਼ੂ ਆ ਜਾਂਦਾ ਵਾ ਜਿਹਦੇ ਤੇ ਆਪਾਂ ਨੂੰ ਚਰਚਾ ਕਰਨੀ ਹੁੰਦੀ ਆ ਇਨਫੈਕਟ ਮੈਂ ਤੁਹਾਨੂੰ ਅਸ਼ੋਰ ਕਰਨਾ ਚਾਹੁੰਦਾ ਵਾਂ ਕਿ ਹਿਊਮਨ ਰਾਈਟਸ ਇਸ਼ੂ ਜਿਹੜਾ ਵਾ ਮੈਂ ਲਗਾਤਾਰ ਕਈ ਸਾਲਾਂ ਤੋਂ ਚੁੱਕਦਾ ਆ ਰਿਹਾ ਵਾਂ ਇਹ ਜ਼ਰੂਰ ਆਪਾਂ ਕਹਿ ਸਕਦੇ ਆ ਕਿ ਇਹ ਹੋਰ ਮਸਲੇ ਚੁੱਕੇ ਜਾਣਾ ਚਾਹੀਦਾ ਵਾ ਔਰ ਡੈਫੀਨਿਟਲੀ ਬਾਪੂ ਸੁਰਜ ਸਿੰਘ ਨੇ ਜਿਹੜੀ ਪੋਖੜਤਾਲ ਰੱਖੀ ਆ ਉਹਦੇ ਤੇ ਵੀ ਮੈਂ ਤੁਹਾਨੂੰ ਅਪਡੇਟ ਜ਼ਰੂਰ ਦਊਂਗਾ ਵੀ ਹੁਣ ਲੇਟੈਸਟ ਕੀ ਆ ਉਹ ਕਿਉਂਕਿ ਲੁਧਿਆਣੇ ਦੇ ਵਿੱਚ ਉਹਨਾਂ ਨੇ ਪੋਖੜਤਾਲ ਰੱਖੀ ਆ ਔਰ ਮੈਂ ਚੰਡੀਗੜ੍ਹ ਤੋਂ ਇਹ ਸ਼ੋਅ ਕਰਦਾ ਕਰੀਬ ਡੇਢ ਦੋ ਘੰਟੇ ਦਾ ਫਾਸਲਾ ਹੈ ਇੱਥੇ ਪਰ ਫਿਰ ਵੀ ਮੈਂ ਤੁਹਾਨੂੰ ਵਾਦਾ ਕਰਦਾ ਵਾਂ ਵੀ ਜ਼ਰੂਰ ਆਪਾਂ ਇਸ ਮਸਲੇ ਨੂੰ ਚੁੱਕਾਂਗੇ ਮੈਂ ਕੋਈ ਵੀ ਹਿਊਮਨ ਰਾਈਟਸ ਦਾ ਇਸ਼ੂ ਹੋਊਗਾ ਉਹਦੇ ਤੇ ਆਪਾਂ ਜ਼ਰੂਰ ਉਹ ਮਸਲਾ ਚੁੱਕਣਾ ਚਾਹਾਂਗੇ ਮੈਂ ਇੱਥੇ ਅੱਜ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ ਮੋਗਾ ਬਸਕਾਨ ਦੇ ਇਸ਼ੂ ਦੇ ਵਿੱਚ 5 ਮਹੀਨੋਂ ਜਾਂ 6 ਮਹੀਨੋਂ ਕੁਝ ਲੋਕਾਂ ਨੇ ਮੁਜ਼ਾਰਾ ਕਰਦੇ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਸੀਗਾ 13 ਜਾਂ 14 ਸਟੂਡੈਂਟ ਆ ਉਹ ਪੰਜਾਬ ਸਟੂਡੈਂਟਸ ਯੂਨੀਅਨ ਦੇ ਕੁਝ ਉਹਨਾਂ ਚ ਮੈਂਬਰ ਵੀ ਨੇ ਉਹਨਾਂ ਚ ਜਿੰਨਾਂ ਲੋਕਾਂ ਦੇ ਖਿਲਾਫ ਕੇਸ ਰਜਿਸਟਰ ਹੋਇਆ ਉਹਨਾਂ ਚ ਇੱਕ 80 ਸਾਲ ਦੀ ਬਜ਼ੁਰਗ ਔਰਤ ਵੀ ਆ ਦਲਬੀਰ ਕੌਰ ਔਰ ਉਹਨਾਂ ਤੇ ਕੀ 1307 ਦਾ ਆਈਪੀਸੀ ਧਾਰਾ ਦਾ ਕੇਸ ਰਜਿਸਟਰ ਹੋਇਆ ਜਿਹੜਾ ਅਟੈਂਪਟ ਟੂ ਮਰਡਰ ਹੁੰਦਾ ਔਰ ਉਹਦੇ ਚ ਇੱਕ 12 ਜਾਂ 13 ਸਾਲ ਦਾ ਬੱਚਾ ਵਾ 6ਵੀਂ ਕਲਾਸ ਦਾ ਬੱਚਾ ਵਾ ਹਰਪ੍ਰੀਤ ਸਿੰਘ ਉੱਤੇ ਤੇ ਵੀ ਕੇਸ ਰਿਸਟਰ ਹੋਇਆ ਔਰ ਉਹ ਬੱਚੇ ਨੂੰ ਪੁਲਿਸ ਹਰਸਤ ਦੇ ਵਿੱਚ ਇੰਜ ਲੱਗ ਰਿਹਾ ਪਈ ਸ਼ਾਇਦ ਉੱਥੇ ਉਹਨੂੰ ਟਾਰਚਰ ਕੀਤਾ ਗਿਆ ਔਰ ਉਹ ਕੱਲ ਹਸਪਤਾਲ ਦੇ ਵਿੱਚ ਦਾਖਲ ਉਹਨੂੰ ਕਰਾਉਣਾ ਪਿਆ ਬਹੁਤ ਮੰਦਪਾਗੀ ਗੱਲ ਆ ਇਨਫੈਕਟ ਇਸ ਚੀਜ਼ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਮੇਰਾ ਕਹਿਣ ਦਾ ਪਾਵਿਆ ਕਿ ਕੋਈ ਨਾ ਕੋਈ ਮਸਲਾ ਇਹੋ ਜਿਹਾ ਜ਼ਰੂਰ ਰੋਜ਼ ਉੱਠ ਜਾਂਦਾ ਵਾ ਜਿਹਨੂੰ ਚੁੱਕਣਾ ਪੈ ਜਾਂਦਾ ਵਾ ਇਸ ਕਰਕੇ ਕਈ ਵਾਰ ਜਿਹੜੇ ਪੁਰਾਣੇ ਮਸਲੇ ਆ ਉਹ ਨਜ਼ਰ ਅੰਦਾਜ਼ ਲੱਗਦਾ ਵਾ ਕਿ ਨਜ਼ਰ ਅੰਦਾਜ਼ ਹੋਏ ਹੋਏ ਨਹੀਂ ਵੈਸੇ ਸੋ ਇਹ ਵੀ ਆਪਾਂ ਮਸਲਾ ਜ਼ਰੂਰ ਚੁੱਕਾਂਗੇ ਰਾਜਵੰਦ ਜੀ ਬਹੁਤ ਬਹੁਤ ਧੰ ਪਰ ਮੈਨੂੰ ਵੈਸੇ ਯਾਦ ਹੈ ਮਸਲਾ ਸਿਰਫ ਇਹ ਹੋਈ ਆ ਵੀ ਉਹ ਪ੍ਰਾਇਓਰਟੀ ਨਹੀਂ ਇਹਦੇ ਤੇ ਹਾਲੀ ਬਣੀ ਸੀਗੀ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਆਪਾਂ ਇਹ ਸਾਰੇ ਜਿਹੜੇ ਮਸਲੇ ਆ ਖਾਸ ਕਰਕੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਵਾ ਇਸ਼ਤਿਹਾਰਾਂ ਦੇ ਵਿੱਚ ਫੋਟੋ ਲਾਉਣ ਦਾ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਇਹਦੇ ਤੇ ਵਿਚਾਰ ਕਰਾਂਗੇ ਪਰ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਜਿਸ ਤਹਿਤ ਸਿਆਸੀ ਲੀਡਰਾਂ ਦੀਆਂ ਫੋਟੋਆਂ ਹੁਣ ਸਰਕਾਰੀ ਇਸ਼ਤਿਹਾਰਾਂ ਤੇ ਨਹੀਂ ਲੱਗ ਸਕਦੀਆਂ ਮੇਰਾ ਮੰਨਣਾ ਹੈ ਕਿ ਇਹ ਫੈਸਲਾ ਬਹੁਤ ਚੰਗਾ ਫੈਸਲਾ ਹੈ ਕੇਂਦਰ ਨਾਲੋਂ ਜ਼ਿਆਦਾ ਇਸ ਫੈਸਲੇ ਦਾ ਅਸਰ ਮੇਰੇ ਖਿਆਲ ਚ ਰਾਜਾਂ ਨੂੰ ਪਊਗਾ ਰਾਜ ਸਰਕਾਰਾਂ ਲਗਾਤਾਰ ਇਸ਼ਤਿਹਾਰ ਜੜੀਆਂ ਉਹ ਦਿੱਲੀਆਂ ਨਹੀਂ ਦੀਆਂ ਇਹ ਲੋਕਾਂ ਦੇ ਮੇਰੇ ਹਿਸਾਬ ਨਾਲ ਪੈਸੇ ਦੀ ਫਜ਼ੂਲ ਖਰਚੀ ਹੈ ਜਿਹੜਾ ਲੋਕਾਂ ਦਾ ਪੈਸਾ ਵਾ ਉਹ ਵੇਸਟੇਜ ਹੈ ਉਹਦੀ ਤੁਸੀਂ ਇਨਫੈਕਟ ਕੱਲ ਵੀ ਵੇਖਿਆ ਹੋਣਾ ਵੀ ਸਾਰੀਆਂ ਅਖਬਾਰਾਂ ਦੇ ਚ ਪੰਜਾਬ ਸਰਕਾਰ ਵੱਲੋਂ ਇੱਕ ਅੱਧੇ ਅੱਧੇ ਪੇਜ ਦੀਆਂ ਇਸ਼ਤਿਹਾਰ ਵੇਖਿਆ ਹੋਊਗਾ ਐਡਸ ਲਗੀਆਂ ਸੀ ਇਸ ਤਹਿਤ ਸੁਖਬੀਰ ਸਿੰਘ ਬਾਦਲ ਦੀ ਇੱਕ ਬਹੁਤ ਵੱਡੀ ਸੈਰੀ ਇਸ ਇਸ਼ਤਿਹਾਰ ਤੇ ਫੋਟੋ ਸੀ ਇਸੇ ਤਰ੍ਹਾਂ ਹਰਿਆਣਾ ਅਤੇ ਹੋਰ ਜਿਹੜੇ ਰਾਜ ਆ ਉਹਨਾਂ ਦੇ ਮੰਤਰੀ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਦੀਆਂ ਵੀ ਫੋਟੋਆਂ ਜੜੀਆਂ ਆ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਆ ਮਨੋਰ ਲਾਲ ਖੱਟਰ ਉਧਰ ਵੀਰ ਭਦਰ ਸਿੰਘ ਇਹਨਾਂ ਦੀਆਂ ਫੋਟੋਆਂ ਜੜੀਆਂ ਲਗਾਤਾਰ ਇਹ ਛਾਪਦੀਆਂ ਰਿੰਦੀਆਂ ਆ ਇਨ ਫੈਕਟ ਕਾਫੀ ਲੋਕੀ ਇਹ ਫੀਲ ਕਰਦੇ ਹੁੰਦੇ ਸੀਗੇ ਵੀ ਇਹ ਸਰਕਾਰੀ ਜਿਹੜਾ ਵ ਇੱਕ ਪਾਸੇ ਤੇ ਸਰਕਾਰ ਕਹਿੰਦੀ ਆ ਵੀ ਉਹ ਕਰਜ਼ਾਈ ਆ ਔਰ ਦੂਜੇ ਪਾਸੇ ਇਹੋ ਜੀ ਵੇਸਟੇਜ ਹੁੰਦੀ ਰਹਿੰਦੀ ਆ ਕੱਲ ਜਿਹੜੇ ਇਸ਼ਤਿਹਾਰ ਦੀ ਮੈਂ ਹੁਣੇ ਗੱਲ ਕੀਤੀ ਆ ਉਹ ਇੱਕ ਅਹਿਮ ਚਰਚਾ ਦਾ ਵਿਸ਼ਾ ਹੈ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਦੇ ਨਾਂ ਇੱਕ ਸੁਨੇਹਾ ਦਿੱਤਾ ਇਸ ਇਸ਼ਤਿਹਾਰ ਦੇ ਵਿੱਚ ਉਹਨਾਂ ਨੇ ਦੇਖਿਆ ਹੋਣਾ ਤੁਸੀਂ ਇਹਦਾ ਟਾਈਟਲ ਸੀ ਐਟ ਯੋਰ ਸਰਵਿਸ ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਸਰਕਾਰੀ ਦਫ਼ਤਰਾਂ 'ਚ ਹੱਲ ਨਹੀਂ ਹੁੰਦੀਆਂ ਇਸ ਵਾਸਤੇ ਉਹਨਾਂ ਨੇ ਇੱਕ ਟੋਲ ਫ੍ਰੀ ਹੈਲਪਲਾਈਨ ਦਾ ਗਠਨ ਕੀਤਾ ਵਾ ਇਹਦਾ ਨੰਬਰ ਹੈ 1905 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੀ ਮੁਸ਼ਕਲ ਸਰਕਾਰ ਨੂੰ ਦੱਸ ਸਕਦੇ ਜੇ ਇਸੇ ਤਰ੍ਹਾਂ ਉਹਨਾਂ ਨੇ ਆਪਣੀ ਈਮੇਲ ਵੀ ਦਿੱਤੀ ਆ ਈਮੇਲ ਹੈ ਸੁਖਬੀਰਬਾਦਲ2014@gmail.com ਜਿੱਥੇ ਤੁਸੀਂ ਆਪਣੀਆਂ ਗ੍ਰੀਵੈਂਸਸ ਦਰਜ ਕਰਵਾ ਸਕਦੇ ਜੇ ਉਹਨਾਂ ਨੇ ਅਸ਼ੋਰੈਂਸ ਦਿੱਤੀ ਆ ਕਿ ਉਹਨਾਂ ਤੇ ਕਾਰਵਾਈ ਜ਼ਰੂਰ ਹੋ ਤੁਸੀਂ ਵੀ ਦੱਸੋ ਕਿ ਤੁਹਾਨੂੰ ਲੱਗਦਾ ਵਾ ਪੀਐਸ ਨਾਲ ਸਰਕਾਰੀ ਛਵੀ ਦੇ ਵਿੱਚ ਕੋਈ ਫਰਕ ਪਊ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਵਾਂ ਉਹ ਹੱਲ ਹੋ ਸਕਣਗੀਆਂ ਕਿ ਨਹੀਂ ਹੋ ਸਕਣਗੀਆਂ ਕੋਈ ਸਾਡੇ ਨਾਲ ਸੱਜਣ ਜਿਹੜੇ ਜੁੜੇ ਆ ਔਰ ਉਹਨਾਂ ਦੇ ਵੀ ਵਿਚਾਰ ਸਾਂਝੇ ਕਰਦੇ ਆ ਹਲੋ ਹਲੋ ਜੀ ਹਲੋ ਹਲੋ ਜੀ ਹਾਂਜੀ ਹਾਂਜੀ ਭਾਈ ਜੀ ਤੁਸੀਂ ਔਨ 에ਅਰ ਜੇ ਦੱਸੋ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਆ ਹਾਂ ਸੰਦੀਪ ਸਾਹਿਬ ਮੇਰਾ ਨਾਮ ਡਾਕਟਰ ਸੁਛਦੇਵ ਹੈ ਹਾਂਜੀ ਡਾਕਟਰ ਸੁਛਦੇਵ ਕਿੱਥੋਂ ਬੋਲ ਰਹੇ ਤੁਸੀਂ ਸਹੀ ਉਹਨਾਂ ਤੋਂ ਗੱਲ ਕਰਦੇ ਆ فینکس اریزونہ دو ہوں جی فینکس اریزونہ دو اریزونہ دو تھوڑا جا ٹیلی فون در نزدیک ہوگئے بولانا پودھر یہ آواز پوری پہنچ نہیں رہی ہاں جی میں فینکس اریزونہ دو گال کر رہے ہیں جی ہاں جی ہاں جی دس ہو کی کیا رہا ہے چوندے جے کہ میں ایک چھوٹی بھی تردیشن کرنی چونہ چلیت اسی گال کر رہے ہوں ہوئی ہے کہ صرف اسباروں بھی نہیں ਮਨ ਕੇ ਜਦੋਂ ਵੀ ਕਦੇ ਜਿਹੜਾ ਲਾਉ ਤੇ ਹਰ ਇੱਕ ਹਾਈਵੇ ਤੇ ਤੇ ਹਰ ਇੱਕ ਸ਼ਹਿਰ ਦੇ ਕੋਰਨਰ ਤੇ ਵੱਡੇ ਵੱਡੇ ਬੈਨਰ ਈਵਨ bigger than 4 feet by 8 feet ਜਿਨੇ ਤੇ ਬਾਬਰ ਸਾਹਿਬ ਦੀ ਸੁਭਦੀ ਸਿੰਘ ਦੀ ਜਿਹੜੇ ਉਸ ਸ਼ਹਿਰ ਦੇ ਦਾ ਉਸ ਟਾਊਨ ਦੇ ਹੋਰ politicial leader ਹੋਏ ਉਹਨਾਂ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਹਾਰਦਿਕ ਫਾਈ ਹੋਏ ਕਿਉਂਕਿ ਅੱਜ ਸਿੱਖ ਵੀਰ ਜੀ ਦਿੱਲੀ ਗਏ ਆ whatever i'm just

ਕਿੰਪੂ ਕਿੰਪੂ ਮਾਣੀਆ ਬਿਲਕੁਲ ਬਿਲਕੁਲ ਸਚਦੇਵ ਜੀ ਸਹੀ ਕਿਹਾ ਤੁਸੀਂ ਇਨਫੈਕਟ ਇਹ ਸਿਰਫ ਅਖਬਾਰਾਂ ਚ ਨਹੀਂ ਜਾਂ ਟੀਵੀ ਤੇ ਨਹੀਂ ਇਹ ਜਿਹੜੀ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਆ ਇਹ ਸਾਰੇ ਬੈਨਰਸ ਜਿਹੜੇ ਹਾਈਵੇ ਤੇ ਇਸ਼ਤਿਹਾਰ ਲੱਗਦੇ ਆ ਜਿਹੜੇ ਬਿਲਬੋਰਡ ਲੱਗਦੇ ਆ ਇਹ ਉਹਨਾਂ ਤੇ ਵੀ ਲਾਗੂ ਹੋਊਗਾ ਸੋ ਮੇਰਾ ਖਿਆਲ ਆ ਸਰਕਾਰੀ ਪੈਸੇ ਤੇ ਸਰਕਾਰੀ ਖਰਚ ਨਾਲ ਹੁਣ ਇਹ ਬਿਲਬੋਰਡ ਇਸ਼ਤਿਹਾਰ ਕਿਤੇ ਵੀ ਨਹੀਂ ਲੱਗ ਸਕਣਗੇ ਤੁਸੀਂ ਬਿਲਕੁਲ ਸਹੀ ਕਿਹਾ ਵਾ ਕਿ ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਉੱਥੇ ਬਿਲਬੋਰਡ ਲੱਗੇ ਹੁੰਦੇ ਆ ਕੰਧਾਂ ਦੇ ਉੱਤੇ ਪੋਸਟਰ ਜਿਹੜੇ ਆ ਉਹ ਚਪਕਾ ਦਿੱਤੇ ਜਾਂਦੇ ਆ ਉਹ ਵੀ ਇੱਕ ਤਰੀਕੇ ਦੀ ਡਿਫੇਸਮੈਂਟ ਹੁੰਦੀ ਆ ਉਸ ਸ਼ਹਿਰ ਦੀ ਉਹ ਸ਼ਹਿਰ ਨੂੰ ਗੰਦਾ ਕਰਦੀ ਆ ਔਰ ਇੱਕ ਮਾੜਾ ਇਮਪ੍ਰੈਸ਼ਨ ਪੈਂਦਾ ਕਿਵਾਂ ਤੁਸੀਂ ਸੜਕ ਤੇ ਜਦੋਂ ਡਰਾਈਵ ਕਰ ਰਹੇ ਹੁੰਦੇ ਤੁਹਾਡਾ ਧਿਆਨ ਵੀ ਉਸ ਪਾਸੇ ਨੂੰ ਚਲਾ ਜਾਂਦਾ ਵਾ ਉਹਦੇ ਲਈ ਵਸਤੇ ਇੱਕ ਮੇਰੇ ਖਿਆਲ ਸੈਪਰੇਟ ਲਾਅ ਤੇ ਹੈ ਪਰ ਉਹਦੀ ਵੀ ਇਨਫੋਰਸਮੈਂਟ ਦੀ ਕਮੀ ਆ ਇਹ ਜਿਹੜਾ ਫੈਸਲਾ ਵਾ ਇਹ ਇੱਕ ਤਰਫਾ ਫੈਸਲਾ ਵਾ ਇਹ ਫੈਸਲਾ ਸਿਰਫ ਸਰਕਾਰੀ ਖਰਚ ਦੇ ਉੱਤੇ ਸਰਕਾਰੀ ਇਸ਼ਤਿਹਾਰਾਂ ਦੇ ਉੱਤੇ ਇੱਕ ਪਾਬੰਦੀ ਲੱਗੀ ਹੈ ਲੇਕਿਨ ਜਿਹੜੀ ਬਾਕੀ ਸ਼ਰਾਂ ਦੀ ਡੀਫੇਸਮੈਂਟ ਆ ਉਹਦੇ ਵਾਸਤੇ ਇੱਕ ਸੈਪਰੇਟ ਲਾਅ ਆਲਰੇਡੀ ਹੈ ਉਹਨੂੰ ਇਨਫੋਰਸ ਕਰਨ ਦੀ ਲੋੜ ਹੈ ਅਸੀਂ ਆਸ ਕਰਦੇ ਹਾਂ ਕਿ ਇਸ ਤੋਂ ਬਾਅਦ ਉਹ ਵੀ ਇਨਫੋਰਸ ਜਿਹੜਾ ਲਾਅ ਆ ਉਹ ਜ਼ਰੂਰ ਹੋਵੇਗਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਮਸਲੇ ਤੇ ਵੀ ਸਾਡਾ ਧਿਆਨ ਲਿਆਦਾ ਜਿਹੜਾ ਡੀਫੇਸਮੈਂਟ ਦਾ ਮਸਲਾ ਆ ਇੱਕ ਹੋਰ ਸੱਜਣ ਸਾਡੇ ਨਾਲ ਨੇ ਉਹ ਉਹਨਾਂ ਦੀ ਵੀ ਗੱਲ ਸਾਂਝੀ ਕਰਦੇ ਹਨ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਮਨਜੀਤ ਸਿੰਘ ਬੋਲ ਰਹਾ ਹਾਂ ਟੌਟੋ ਤੋਂ ਹਾਂਜੀ ਮਨਜੀਤ ਸਿੰਘ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਬਹੁਤ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਜੀ ਤੁਸੀਂ ਯੂਆਰ ਦੀ ਓਨਲੀ ਪਰਸਨ Who can speak the truth and ਜਿਹੜੀ ਵੱਡਾ ਡਰਿਆ ਹੋਏ ਯਾ ਕਿ ਤੁਹਾਡਾ ਜਿੱਦਾਂ ਕਿਤੇ ਖਾਲੜੇ ਨਾ ਕੀਤੀ ਹੈ ਕਿਤੇ ਤੁਹਾਡੇ ਨਾਲ ਇਦਾਂ ਦੀ ਕੋਈ ਵਾਰਦਾਤ ਨਾ ਕਰ ਦੇਣ ਚਲੋ ਕੋਈ ਗੱਲ ਨਹੀਂ ਜੀ ਉਹ ਤੇ ਹੁਣ ਜੋ ਉੱਤੇ ਵਾਲੇ ਦੀ ਮਰਜ਼ੀ ਹੈ ਉਸ ਤਰ੍ਹਾਂ ਹੀ ਹੋਊਗਾ ਹੁਣ ਆਪਾਂ ਇਸ ਡਰ ਤੋਂ ਤੇ ਸਹੀ ਗੱਲ ਕਰਨ ਤੋਂ ਨਹੀਂ ਨਾ ਰੁਕਣਾ ਚਾਹੀਦਾ ਉਹ ਤੇ ਜੋ ਉੱਤੇ ਵਾਲੇ ਨੂੰ ਮਨਜ਼ੂਰ ਹੈ ਉਸ ਤਰ੍ਹਾਂ ਹੀ ਹੋਣਾ ਕੋਈ ਗੱਲ ਨਹੀਂ ਹਾਂ ਜੀ ਬਾਕੀ ਗੱਲ ਹੈ ਜਿਹੜੇ ਸ਼ੁਭ ਕਾਮਨਾਵਾਂ ਹਨ ਉਹਨਾਂ ਵਾਸਤੇ ਬਹੁਤ ਬਹੁਤ ਥੈਂਕ ਯੂ ਵੈਰੀ ਮੱਚ ਵੈਰੀ ਕਾਈਂਡ ਆਫ ਯੂ ਹਾਂਜੀ ਥੈਂਕ ਯੂ ਸਰ ਓਕੇ ਹੋਰ ਕੁਝ ਕਹਿਣਾ ਚਾਹੁੰਦੇ ਜੇ ਇੱਕ ਹੋਰ ਸੱਜਣ ਸਾਡੇ ਨਾਲ ਨੇ ਅ ਦੇਖਦੇ ਆ ਉਹ ਵੀ ਕੀ ਕਹਿੰਦੇ ਆ ਹਲੋ ਮੇਰੇ ਖਿਆਲ ਡਰਾ ਕਾਲ ਜਿਹੜੀ ਆ ਉਹ ਡ੍ਰੌਪ ਹੋ ਗਿਆ ਹੁਣ ਗੱਲ ਕਰ ਰਹੇ ਸੀਗਾ ਮੇਰਾ ਆਪਣਾ ਵੀ ਖਿਆਲ ਆ ਪਾ ਗੱਲ ਕਰ ਰਹੇ ਸੀ ਵੀ ਪੰਜਾਬ ਦੀਆਂ ਜਿਹੜੀਆਂ ਇਹ ਜਿਹੜੀ ਹੈਲਪਲਾਈਨ ਹੈ ਇਹਦਾ ਕਿੰਨਾ ਕੁ ਫਰਕ ਪਊਗਾ ਕੱਲ ਦੀਆਂ ਅਖਬਾਰਾਂ ਦੇ ਵਿੱਚ ਇੱਕ ਇਸ਼ਤਿਹਾਰ ਸੀਗਾ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਅਪੀਲ ਕੀਤੀ ਆ ਵੀ ਮਾਈ ਡੀਅਰ ਪੰਜਾਬੀਜ਼ ਮਾਈ ਡੀਅਰ ਫੈਲੋ ਪੰਜਾਬੀ ਸਾਰਿਆਂ ਨੂੰ ਅਪੀਲ ਕੀਤੀ ਆ ਕਿ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਹੱਲ ਇਸ ਕਰਕੇ ਨਹੀਂ ਹੋ ਰਹੀਆਂ ਕਿਉਂਕਿ ਲੋਕੀ ਜਿਹੜੇ ਆ ਉਹ ਸ਼ਾਇਦ ਜੜੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਗਰੀਵੈਂਸਸ ਦੀ ਅਡਰੈਸਲ ਨਹੀਂ ਹੋ ਰਹੀ ਇਹ ਵਰਡ ਉਹਨਾਂ ਨੇ ਇਸਤੇਮਾਲ ਕੀਤਾ ਔਰ ਉਹਨਾਂ ਨੇ ਕਿਹਾ ਕਿ ਜੇ ਹੋਇਆ ਤੁਹਾਨੂੰ ਲੱਗਦਾ ਵਾ ਤੇ 1905 ਤੇ ਤੁਸੀਂ ਇਹ ਟੋਲ ਫਰੀ ਨੰਬਰ ਉੱਤੇ ਕਾਲ ਕਰੋ ਜਾਂ ਉਹਨਾਂ ਨੂੰ ਈਮੇਲ ਕਰੋ ਮੇਰਾ ਆਪਣਾ ਖਿਆਲ ਆ ਕਿ ਜਿੰਨਾ ਚਿਰ ਤੱਕ ਸਾਰੇ ਢਾਂਚੇ 'ਚ ਇੱਕ ਬਦਲਾਅ ਨਹੀਂ ਆਉਂਦਾ ਕੋਈ ਬਹੁਤਾ ਫਰਕ ਨਹੀਂ ਪੈਣਾ ਹਾਂ ਲੋਕਾਂ ਦੀ ਸਰਕਾਰ ਤੱਕ ਪਹੁੰਚ ਜਿਹੜੀ ਆ ਉਹ ਜ਼ਰੂਰ ਇਹਦੇ ਨਾਲ ਵੱਧ ਜਾਊਗੀ ਇਸ ਕੱਲੋਂ ਤੇ ਇਹ ਚੰਗਾ ਕਦਮ ਆ ਪਰ ਜਿੰਨਾ ਚਿਰ ਤੱਕ ਸੱਤਾ 'ਚ ਲੋਕਾਂ ਦੇ ਕਾਰੋਬਾਰ ਬੰਦ ਨਹੀਂ ਹੁੰਦੇ ਉਹਨਾਂ ਚਿਰ ਤੱਕ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਵਾਂ ਉਹ ਇਸੇ ਤਰ੍ਹਾਂ ਹੀ ਬਣੀਆਂ ਰਹਿਣਗੀਆਂ ਇਨਫੈਕਟ ਲੋਕਾਂ ਦੀਆਂ ਮੁਸ਼ਕਲਾਂ ਹੋ ਸਕਦਾ ਵਾ ਵਧ ਵੀ ਜਾਣ ਸੋ ਇਹ ਚੰਗਾ ਕਦਮ ਆ ਲੇਕਿਨ ਮੇਰੇ ਖਿਆਲ ਇਹਦੇ ਨਾਲ ਨਾਲ ਕਈ ਹੋਰ ਵੀ ਕਈ ਕੁਝ ਕਰਨ ਦੀ ਐਸ ਵੇਲੇ ਲੋੜ ਹੈ ਸਾਡੇ ਨਾਲ ਇੱਕ ਸੱਜਣ ਮੇਰੇ ਖਿਆਲ ਜੁੜ ਗਿਆ ਔਰ ਦੇਖਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਹੈਲੋ ਜੀ ਸਰ ਥੈਂਕ ਯੂ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਜੇ ਤੁਸੀਂ ਔਨ 에ਅਰ ਜੇ ਦੱਸੋ ਕੀ ਕਹਿਣਾ ਚਾਹੁੰਦੇ ਜੀ ਬਸ ਥੈਂਕ ਯੂ ਜੀ ਤੁਸੀਂ ਮੈਨੂੰ ਔਨ 에ਅਰ ਲਿਆ ਮੈਂ ਜਸਟ ਆਪਣਾ ਆਪਣਾ ਜਿਹੜਾ ਥਿਊ ਦੇਣਾ ਚਾਹੁੰਦਾ ਸੀਗਾ ਹਾਂਜੀ ਹਾਂਜੀ ਉਹ ਇਹ ਸੀਗਾ ਕਿ ਮੈਂ ਸੌਰੀ ਮੈਂ ਕਿਸੇ ਨੂੰ ਇਹਤ ਨਹੀਂ ਮਤਲਬ ਬੈਡ ਵਰਡਸ ਨਹੀਂ ਯੂਜ਼ ਕਰਨਾ ਚਾਹੁੰਦਾ ਪਰ ਇੱਕ ਜੇ ਕੋਈ ਤੁਹਾਨੂੰ ਚੋਰ ਕਵੇ ਕਿ ਜੇ ਕੋਈ ਚੋਰੀ ਹੁੰਦੀ ਤਾਂ ਮੈਨੂੰ ਦੱਸਿਓ ਉਹਦਾ ਕਿੰਨੀ ਅਸੈਸ ਬਣਦੀ ਆ ਇਹਦਾ ਸਿਰਫ ਇਲਾਜ ਨਹੀਂ ਐ ਇਨਕਲਾਬ ਐ ਉਹ ਪਤਾ ਨਹੀਂ ਕਦੋਂ ਆਊਗਾ ਪਰ ਵੀ ਹਵ ਟੂ ਵੇਟ ਫਾਰ ਥੈਟ ਕੌਣ ਤੁਸੀਂ ਆਪਣੀ ਇੰਟਰੋਡਕਸ਼ਨ ਨਹੀਂ ਦਿੱਤੀ ਕੌਣ ਬੋਲ ਰਿਹਾ ਹੈ ਹਾਂ ਜੀ ਅਮ ਸੌਰੀ ਮੈਂ ਐਕਚੁਅਲੀ ਇਹ ਵਸ ਕੁਇਕ ਥਿੰਗ ਮੇਰਾ ਨਾਮ ਹਰਦੀਪ ਸਿੰਘ ਗੁਰਾਇਆ ਜੀ ਮੈਂ ਇੱਕ ਵਾਰੀ ਪਹਿਲਾਂ ਤੁਹਾਨੂੰ ਫੋਨ ਕੀਤਾ ਸੀ ਕਿ ਮੈਂ ਇਥੇ ਕੈਨੇਡਾ ਤੋਂ ਫੋਨ ਕਰ ਰਿਹਾ ਹਾਂ ਕਿਹੜੀ ਗੱਲ ਦੀ ਕੈਨੇਡਾ ਕਿਹੜੀ ਜਗ੍ਹਾ ਤੋਂ ਮੈਂ ਕੈਨੇਡਾ ਜੀ ਟੋਰਾਂਟੋ ਦੇ ਨੇੜੇ ਆ ਪਰ ਅਸੀਂ ਨਾਰਥ ਆਫ ਟੋਰਾਂਟੋ ਰਹਿੰਦੇ ਹਾਂ ਓਕੇ ਓਕੇ ਅ ਦੇਖੋ ਜੀ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣੇ ਚਾਹੀਦੀਆਂ ਵਾ ਇਨਕਲਾਬ ਵੀ ਸਾਡਾ ਜਿਹੜਾ ਵਾ ਜਿਹੜਾ ਪੁਰਾਣਾ ਆਪਾਂ ਇਨਕਲਾਬ ਜਿਹਦੀਆਂ ਗੱਲਾਂ ਸੁਣਦੇ ਆਏ ਸੀ ਜਿਹੜੇ ਆਜ਼ਾਦੀ ਵੇਲੇ ਦੇ ਇਨਕਲਾਬ ਦੀ ਆਪਾਂ ਗੱਲ ਕਰਦੇ ਸੀ ਉਹੋ ਜੀ ਇਨਕਲਾਬ ਦੀ ਸਾਨੂੰ ਲੋੜ ਨਹੀਂ ਇੱਥੇ ਜਿਹੜਾ ਇਨਕਲਾਬ ਆ ਅਸੀਂ ਵੋਟਾਂ ਦੇ ਜ਼ਰੀਏ ਲਿਆਉਣਾ ਹਿੰਸਕ ਕਾਰਵਾਈ ਦੇ ਜ਼ਰੀਏ ਨਹੀਂ ਜਦੋਂ ਹਿੰਸਕ ਕਾਰਵਾਈ ਅਸੀਂ ਕੋਸ਼ਿਸ਼ ਕਰਦੇ ਆ ਕਿ ਇਨਕਲਾਬ ਹਿੰਸਕ ਕਾਰਵਾਈ ਦੇ ਥਰੂ ਲਈਏ ਤਾਂ ਉਹਦਾ ਉਲਟਾ ਅਸਰ ਪੈ ਜਾਂਦਾ ਉਹਦਾ ਨੁਕਸਾਨ ਬਹੁਤ ਹੁੰਦਾ ਵਾ ਔਰ ਵੱਖਰੇ ਵੱਖਰੇ ਥਾਵਾਂ ਤੇ ਆਪਾਂ ਵੇਖਿਆ ਹੀ ਆ ਕਿ ਕਿਵੇਂ ਲੋਕਾਂ ਨੂੰ ਨੁਕਸਾਨ ਚੜਨਾ ਪਿਆ ਪਰਿਵਾਰ ਤਬਾਹ ਹੋ ਜਾਂਦੇ ਆ ਔਰ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਡਿਸਟਰਬੈਂਸ ਆ ਜਾਂਦੀ ਹੈ ਸੋ ਇਨਕਲਾਬ ਆਪਾਂ ਨੂੰ ਕੋਸ਼ਿਸ਼ ਹੈ ਵੀ ਕਰਨੀ ਚਾਹੀਦੀ ਹੈ ਵੀ ਆਪਾਂ ਵੋਟਾਂ ਦੇ ਜ਼ਰੀਏ ਇਨਕਲਾਬ ਲਈ ਮੌਕਾ ਮਿਲਦਾ ਰਹਿੰਦਾ ਆ ਕਦੀ ਕੇਂਦਰ ਦੀਆਂ ਵੋਟਾਂ ਪਾਰਲੀਮੈਂਟ ਦੀਆਂ ਵੋਟਾਂ ਤੇ ਕਦੀ ਵਿਧਾਨ ਸਭਾ ਦੀਆਂ ਪਾਰਲੀਮੈਂਟ ਦੀਆਂ ਵੋਟਾਂ ਪਿਛਲੇ ਸਾਲ ਪਈਆਂ ਵਾ ਤੇ ਆਪਣੇ ਵਿਧਾਨ ਸਭਾ ਦੀਆਂ ਵੋਟਾਂ ਲਾਹ ਹੋਰ ਸਾਲ ਦੇਰ ਸਾਲ ਨੂੰ ਪੰਜਾਬ 'ਚ ਆਉਣ ਵਾਲੀਆਂ ਆ ਬਹੁਤ ਬਹੁਤ ਮਿਹਰਬਾਨੀ ਹਰਦੀਪ ਸਿੰਘ ਜੀ ਇੱਕ ਹੋਰ ਸੱਜਣ ਨਾ ਸੱਜਣ ਨੇ ਆਉ ਦੇਖਦੇ ਆ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ ਇਸ ਮਸਲੇ ਬਾਰੇ ਹਲੋ ਹਲੋ ਸਸੀ ਕਲਵੀਰ ਜੀ ਮੈਂ ਨਾਰਥ ਕੈਰੋਲਾਈਨਾ ਤੋਂ ਗੁਰਚਰਨ ਕੌਰ ਬੋਲਦੀ ਆਂ ਹਾਂਜੀ ਹਾਂਜੀ ਗੁਰਚਰਨ ਕੌਰ ਜੀ ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਆ ਹਾਂਜੀ ਅਸੀਂ ਵੀਰ ਜੀ ਫਿਰ ਤੁਸੀਂ ਬਿਜ਼ੀ ਸੀਗੇ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਇਹ ਮੈਂ ਵੀ ਜੀ ਜਿਹੜੀ ਸੁਖਵੀਰ ਬਾਦਲ ਨੇ ਹੈਲਪਲਾਈਨ ਸ਼ੁਰੂ ਕੀਤੀ ਜਿਵੇਂ ਉਹਦੇ ਬਾਰੇ ਕਹਿਣੀ ਆ ਵੀ ਪਹਿਲਾਂ ਨਹੀਂ ਸੀ ਸੁਖਵੀਰ ਬਾਦਲ ਨੂੰ ਪਤਾ ਵੀ ਲੋਕਾਂ ਨੂੰ ਪ੍ਰੋਬਲਮਸ ਆਉਂਦੀਆਂ ਹਨ ਬੋਟਾ ਨੇੜੇ ਕਾ ਇਹ ਉਹਨਾਂ ਨੇ ਹੈਲਪਲਾਈਨ ਜਾਰੀ ਕੀਤੀ ਕਰਤੀ ਵੀ ਪਹਿਲਾਂ ਵੀ ਤਾਂ ਲੋਕਾਂ ਉਹੀ ਆ ਉਹਨਾਂ ਨੂੰ ਪਹਿਲਾਂ ਵੀ ਤਾਂ ਪ੍ਰੋਬਲਮਸ ਆਉਂਦੀਆਂ ਹੀ ਸੀ ਬਿਲਕੁਲ ਇਹ ਲੋਕਾਂ ਨੂੰ ਇਹ ਵੇਵਕੂਫਾ ਬਣਾਇਆ ਜਾ ਰਿਹਾ ਤੇ ਨੰਬਰ ਤੋਂ ਜੇ ਕੋਈ ਆਪਦੀ ਕੰਪਲੇਂਟ ਲਿਖਾਊਗਾ ਵੀ ਇਹ ਕਿੰਨੇ ਕੋਲੇ ਘੜਿਆ ਕੜਾਇਆ ਛਾਅਦਾ ਉਹ ਇੰਨੇ ਉਹਦੀ ਤਫਤੀਸ਼ ਕਰਦੇ ਆ ਇਨਕੁਆਰੀ ਕਰਕੇ ਫਿਰ ਤੁਹਾਨੂੰ ਦੱਸਾਂਗੇ ਕਰਨਾ ਕਰਾਉਣਾ ਕਿਸੇ ਨੇ ਕੀ ਹੈ ਬਿਲਕੁਲ ਇਨਫੈਕਟ ਗੱਲ ਤੁਸੀਂ ਸਹੀ ਕਹੀ ਵੀ 8 ਸਾਲ ਹੋ ਗਏ ਸਰਕਾਰ ਨੂੰ ਔਰ 8 ਸਾਲਾਂ ਬਾਅਦ ਤੁਸੀਂ ਇੱਕ ਇਹੋ ਜਿਹਾ ਐਡਵਰਟਾਈਜ਼ਮੈਂਟ ਦੇ ਰਹੇ ਜੇ ਇਸ਼ਤਿਹਾਰ ਦੇ ਰਹੇ ਜੇ ਕੀ ਤਾਂੀਆਂ ਦਿੱਕਤਾਂ ਤੋਂ ਕੋਈ ਸੁਲਝਾਇਆ ਨਹੀਂ ਜਾ ਰਿਹਾ ਔਰ ਸਾਨੂੰ ਦੱਸੋ ਵੀ ਤੁਹਾਡੀਆਂ ਦਿੱਕਤਾਂ ਕੀ ਆ ਔਰ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਖਿਆਲ 8 ਸਾਲ ਬਾਅਦ ਇੱਕ ਨਵੀਂ ਲੈਵਲ ਆਫ ਐਡਮਿਨਿਸਟ੍ਰੇਸ਼ਨ ਹੋਣੀ ਚਾਹੀਦੀ ਸੀ ਔਰ ਮੇਰਾ ਖਿਆਲ ਬੜੀ ਸੋਚ ਦੀ ਗੱਲ ਹੈ ਕਿ 8 ਸਾਲਾਂ ਬਾਅਦ ਹੁਣ ਤੁਸੀਂ ਇੱਕ ਬੇਸਿਕਸ ਤੇ ਜਾ ਰਹੇ ਜੇ ਇਹ ਗੱਲ ਜਿਹੜੀ ਆ ਮੇਰੇ ਖਿਆਲ 8 ਸਾਲ ਪਹਿਲਾਂ 7 ਸਾਲ ਪਹਿਲਾਂ 6 ਸਾਲ ਪਹਿਲਾਂ ਜਾਂ ਦੂਜੀ ਤਨਿਉਰਥੀ ਸ਼ੁਰੂ ਕੀਤੀ ਹੈ 3 ਸਾਲ ਪਹਿਲਾਂ ਉਦੋਂ ਕਰਨੀ ਚਾਹੀਦੀ ਸੀ ਪਰ ਕੋਈ ਨਹੀਂ ਦੇਰ ਆਇਆ ਦੁਰਸਤ ਆ ਮੇਰੇ ਖਿਆਲ ਹੁਣ ਵੀ ਜੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਡੇਢ ਸਾਲ ਦੇ ਵਿੱਚ ਵੀ ਜ ਤੇ ਬਹੁਤ ਚੰਗੀ ਗੱਲ ਆਉ ਲੋ ਜੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੱਲ ਹੋਣ ਲੱਗ ਪੈਣ। ਕੁਛ ਆਮ ਸੌਰੀ ਬਹੁਤ ਬਹੁਤ ਧੰਨਵਾਦ ਇੱਕ ਹੋਰ ਸੱਜਣ ਨੇ ਸਾਡੇ ਨਾਲ। ਉਹਨਾਂ ਦੀ ਗੱਲ ਸੁਣ ਕੇ ਫਿਰ ਅਸੀਂ ਇੱਕ ਛੋਟੀ ਜੀ ਬ੍ਰੇਕ ਲਵਾਂਗੇ। ਹੈਲੋ। ਹੈਲੋ। ਹਾਂਜੀ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜੀ ਕੈਲੀਫੋਰਨੀਆ ਤੋਂ ਬੋਲ ਰਹੇ ਆਂ ਜੀ। ਕੌਣ ਬੋਲ ਰਹੇ ਤੁਸੀਂ? ਢਿੱਲੋਂ ਹਰੀਸ਼ ਢਿੱਲੋਂ। ਹਰੀਸ਼ ਢਿੱਲੋਂ ਕੈਲੀਫੋਰਨੀਆ ਦੇ ਕਿਹੜੀ ਜਗ੍ਹਾ ਤੋਂ? ਹ ਰਿਪੋਰਟਰ ਵੱਲ ਹੈ ਜੀ ਛੋਟਾ ਜਿਹਾ ਟਾਊਨ ਬਾਇ ਵੈਸ਼ੇਲੀਆ ਦੇ ਨਾਮ ਤੁਸੀਂ ਹੁਣੇ ਹੋ ਕੇ ਗਏ ਸੀ ਇਹ ਬਹੁਤ ਸੋਹਣੀ ਜਗ੍ਹਾ ਹੈ ਜੀ ਤੁਹਾਡੇ ਸਾਰੇ ਬੀਅਰਿਆ ਪਰਟੀਕੁਲਰਲੀ ਬਹੁਤ ਸੋਹਣਾ ਵਾ ਪਰ ਵੈਸੇ ਤੇ ਕੈਲੀਫੋਰਨੀਆ ਸਾਰੇ ਬਹੁਤ ਚੰਗਾ ਵਾ ਹਾਂਜੀ ਹਰੀਸ਼ੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਬਸ ਜੀ ਕੋ ਇਹ ਸ਼ਾਇਦ ਟਾਪਿਕ ਹੈ ਤੇ ਅਨ ਰਿਲੇਟਡ ਪਰ ਸਿਰਫ ਇੱਕ ਮੰਦੇ ਵਿੱਚ ਆਇਆ ਸੀ ਕਿ ਪੁੱਛਿਆ ਜਾਵੇ ਕਿ ਬੜੂ ਸਾਹਿਬ ਦੀ ਜਿਹੜੀ ਹੈ ਆਰਗੇਨਾਈਜੇਸ਼ਨ ਇਹ ਕਿੰਨੀ ਕਲੀਨ ਆਰਗੇਨਾਈਜੇਸ਼ਨ ਹੈ ਕਿਉਂਕਿ ਸਾਥੋਂ ਇਦੋਂ ਬਹੁਤ ਡੋਨੇਸ਼ਨਸ ਲੈ ਕੇ ਜਾਂਦੇ ਨੇ ਐ ਤੁਹਾਡਾ ਕੀ ਵਿਚਾਰ ਹੈ ਉਹਦੇ ਬਾਰੇ ਅ ਹਰੀਜੀ ਮੇਰੇ ਖਿਆਲ ਬਰੂਸ ਸਾਹਿਬ ਦੇ ਬਾਰੇ ਅਸੀਂ ਉਹਨਾਂ ਦੇ ਖਿਲਾਫ ਤੇ ਕੋਈ ਗੱਲ ਸੁਣੀ ਨਹੀਂ ਮੈਨੂੰ ਪਰਸਨਲ ਜਾਣਕਾਰੀ ਕੋਈ ਨਹੀਂ ਲੇਕਿਨ ਜੋ ਅਸੀਂ ਸੁਣਿਆ ਵਾ ਮੇਰੇ ਖਿਆਲ ਉਥੇ ਚੰਗਾ ਕੰਮ ਹੋ ਰਿਹਾ ਵਾ ਇਨਫੈਕਟ ਉਹਨਾਂ ਨੇ ਬਹੁਤ ਸਾਰੀਆਂ ਅ ਅਕਾਲ ਅਕੈਡਮੀ ਜਿਹੜੀਆਂ ਮੁਲਕ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਪੰਜ 6 ਸਟੇਟਾਂ ਦੇ ਵਿੱਚ ਹਿਮਾਚਲ ਦੇ ਵਿੱਚ ਤੇ ਹੈ ਹੀ ਆ ਬਰੂਸ ਸਾਹਿਬ ਉਸ ਤੋਂ ਇਲਾਵਾ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ Rajasthan ਵਗੈਰਾ ਵਗੈਰਾ ਦੇ ਵਿੱਚ ਵੀ ਉਹਨਾਂ ਨੇ ਇਕਾਲ ਕੈਡਮੀਜ਼ ਖੋਲੀਆਂ ਵਾ ਉੱਥੇ ਕਾਫੀ ਚੰਗਾ ਇਨਫੈਕਟ ਪੜਾਈ ਦਾ ਜਿਹੜਾ ਲੈਵਲ ਐ ਉਹ ਵੀ ਕਾਫੀ ਅੱਛਾ ਵਾ ਔਰ ਉਹ ਲੋਕਾਂ ਨੂੰ ਜਿਹੜੇ ਬੱਚੇ ਆ ਉਹਨਾਂ ਨੂੰ ਆਪਣੇ ਵਿਰਸੇ ਨਾਲ ਇਤਿਹਾਸ ਨਾਲ ਆਪਣੇ ਸਮਾਜ ਦੇ ਨਾਲ ਔਰ ਆਪਣੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਇਨਫੈਕਟ ਜਦੋਂ ਅਸੀਂ ਮੈਂ ਅਮਰੀਕਾ ਪਿੱਛੇ ਜੇ ਗਿਆ ਸੀ ਤੇ ਉੱਥੇ ਇੱਕ ਸ਼ੋ ਵੀ ਅਸੀਂ ਕੀਤਾ ਸੀਗਾ ਜਿੱਥੇ ਕੁਝ ਲੋਕਾਂ ਨੇ ਸਵਾਲ ਵੀ ਸਾਨੂੰ ਕੀਤੇ ਕੁਝ ਫੀਸ ਵਗੈਰਾ ਦਾ ਮਸਲਾ ਜ਼ਰੂਰ ਆ ਰਿਹਾ ਵਾ ਲੇਕਿਨ ਮੇਰੇ ਖਿਆਲ ਆ ਜੇ ਇਹ ਬੜੂ ਸਾਹਿਬ ਦੀ ਜਿਹੜੀ ਸੰਸਥਾ ਵਾ ਜੇ ਥੋੜੀ ਜੀ ਹੋਰ ਟਰਾਂਸਪੇਰੈਂਸੀ ਲਿਆਉਣ ਕਿ ਹਰ ਸਕੂਲ ਦੇ ਵਿੱਚ ਟੋਟਲ ਸਟੂਡੈਂਟ ਕਿੰਨੇ ਆ ਟੋਟਲ ਫੀ ਉਹ ਵਾਸਤੇ ਪੈਸਾ ਕਿੰਨਾ ਇਕੱਠਾ ਹੁੰਦਾ ਕਿੰਨਾ ਖਰਚ ਹੁੰਦਾ ਕਿੰਨਾ ਉਹਨਾਂ ਦਾ ਡੈਫਿਸਿਟ ਆ ਕਿੰਨੀਆਂ ਉਹਨਾਂ ਨੂੰ ਡੋਨੇਸ਼ਨ ਸਾਰੀਆਂ ਵਾ ਬਾਹਰਲੇ ਮੁਲਕਾਂ ਤੋਂ ਕਿੰਨੀਆਂ ਡੋਨੇਸ਼ਨ ਸਾਰੀਆਂ ਪਤਾ ਨਹੀਂ ਇਹ ਪੋਸੀਬਲ ਹੈ ਕਿ ਨਹੀਂ ਹੈ ਪਰ ਜੇ ਇਸ ਤਰ੍ਹਾਂ ਦਾ ਕੰਮ ਸ਼ੁਰੂ ਹੋ ਜੇ ਤੇ ਮੇਰੇ ਖਿਆਲ ਉਹਦੇ ਨਾਲ ਉਹਨਾਂ ਦੀ ਆਪਣੀ ਕਾਰਗੁਜ਼ਾਰੀ ਦੇ ਵਿੱਚ ਬਿਹਤਰੀ ਤੇ ਆਊਗੀ, ਟਰਾਂਸਪੇਰੈਂਸੀ ਵੀ ਆਊਗੀ, ਜਾਗਰੂਕਤਾ ਜਿਹੜੀ ਆ ਲੋਕਾਂ ਦੇ ਵਿੱਚ ਵੀ ਔਰ ਹੋਰ ਲੋਕਾਂ ਨੂੰ ਪਤਾ ਲੱਗੂਗਾ ਉਹਨਾਂ ਦੀ ਸੰਸਥਾ ਬਾਰੇ ਪਰ ਮੇਰੀ ਇਨਫੋਰਮੇਸ਼ਨ ਇਹੋ ਹੀ ਆ ਕਿ ਉਹ ਕਾਫੀ ਚੰਗਾ ਕੰਮ ਕਰ ਰਿਹਾ। ਬਹੁਤ-ਬਹੁਤ ਧੰਨਵਾਦ ਕਾਲ ਕਰਨ ਵਾਸਤੇ ਹਰੀਸ਼ੀ। ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਇਹ ਸਾਰੇ ਮਸਲੇ ਜਿਹੜੇ ਇਸੇ ਤਰ੍ਹਾਂ ਹੀ ਵਿਚਾਰਦੇ ਰਾਵਾਂਗੇ ਬ੍ਰੇਕ ਤੋਂ ਬਾਅਦ। ਪ੍ਰੇਖਕੋਵਾ ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਲਪਲਾਈਨ ਟੋਲ ਫ੍ਰੀ ਹੈਲਪਲਾਈਨ ਨੰਬਰ ਜਿਹੜਾ ਵਾ 1905 ਜਿਹੜਾ ਸਥਾਪਿਤ ਕੀਤਾ ਗਿਆ ਵਾ ਵੀ ਉਹਦਾ ਨਾਲ ਕਿੰਨਾ ਕੁ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਵਿੱਚ ਕਿੰਨਾ ਕੁ ਫਰਕ ਪਊਗਾ ਕੁਝ ਸੱਜਣ ਸਾਡੇ ਨਾਲ ਜੁੜ ਗਏ ਆ ਉਹਨਾਂ ਦੇ ਵਿਚਾਰ ਸਾਂਝੇ ਕਰਦੇ ਆ ਹੈਲੋ ਹੈਲੋ ਸਸਿਕਾਲ ਸਿੰਘ ਜੀ ਸਾਹਿਬ ਸਸਿਕਾਲ ਜੀ ਮੈਂ ਹਰਦੀਪ ਗੁਰਾ ਦੁਬਾਰਾ ਬੋਲਦਾ ਜੀ ਸੌਰੀ ਮੈਂ ਤੁਹਾਡਾ ਕੀਮਤੀ ਟਾਈਮ ਤੋਂ ਥੋੜਾ ਜਿਹਾ ਟਾਈਮ ਫੋਰ ਲਾਉਣਾ ਮੈਂ ਆਲਦੀਨ ਥੋੜਾ ਜਿਹਾ ਸੰਖੇਪ ਦੇ ਵਿੱਚ ਕਿਉਂਕਿ ਸਮਾਂ ਬੜਾ ਥੋੜਾ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਮੇਰੀ ਗੱਲ ਇਸ ਤਰ੍ਹਾਂ ਮਹ ਲੋ ਇੰਟਰਪ੍ਰੀਟੇਸ਼ਨ ਥੋੜੀ ਗਲਤ ਹੋ ਗਈ ਮੇਰਾ ਇਨਕਲਾਬ ਤੋਂ ਮਤਲਬ ਹਿੰਸਾ ਨਹੀਂ ਸੀ ਮੈਂ ਆਪ ਹਿੰਸਾ ਦੇ ਬਿਲਕੁਲ ਅਗੇਂਸਟ ਹਾਂ ਬਿਲਕੁਲ ਠੀਕ ਹੈ ਠੀਕ ਕਹਿਣ ਦਾ ਮਤਲਬ ਇਹ ਸੀਗਾ ਕਿ ਅਵੇਅਰਨੈਸ ਇੰਨੀ ਹੋ ਜੇ ਜਨਤਾ ਦੇ ਵਿੱਚ ਕਿ ਜਿਹੜੀ ਇਹਨਾਂ ਤੋਂ ਬ੍ਰੇਨ ਵਾਸ਼ ਨਾ ਹੋਣ ਬਿਲਕੁਲ ਠੀਕ ਹੈ ਜੀ ਮੰਮੀ ਜਿਹੜੋਂ ਕਿਆ ਸੀ ਗਈ ਇਨਕਲਾਬ ਹਿੰਸਕ ਇਨਕਲਾਬ ਨਹੀਂ ਲੈਣਾ ਚਾਹੀਦਾ ਮੈਂ ਤੁਹਾਡਾ ਨਾਮ ਜ਼ਿਕਰ ਨਹੀਂ ਸੀ ਕਰ ਰਿਹਾ ਪਰ ਮੈਂ ਜਨਰਲੀ ਗੱਲ ਕਰ ਰਿਹਾ ਸੀ ਕਿਉਂਕਿ ਬਹੁਤ ਲੋਕੀ ਜਿਹਨਾਂ ਇਨਕਲਾਬ ਦੀ ਗੱਲ ਕਰਦੇ ਆ ਉਹ ਸੋਚਦੇ ਆ ਵੀ ਸ਼ਾਇਦ ਉਹ ਜੇ ਹਿੰਸਕ ਇਨਕਲਾਬ ਲੈਉਣ ਦੀ ਲੋੜ ਆ ਤੁਸੀਂ ਇਹ ਦੁਬਾਰਾ ਫੋਨ ਕਰਕੇ ਆਪਣੇ ਨੂੰ ਕਲੀਅਰਿਫਾਈ ਕੀਤਾ ਮੇਰੇ ਖਿਆਲ ਇਹ ਬਹੁਤ ਚੰਗੀ ਗੱਲ ਕੀਤੀ ਬਹੁਤ ਬਹੁਤ ਧੰਨਵਾਦ ਹਰਦੀਪ ਜੀ ਇੱਕ ਹੋਰ ਸੱਜਣ ਸਾਡੇ ਨਾਲ ਨੇ ਉਹਨਾਂ ਦਾ ਵੀ ਵਿਚਾਰ ਸਾਂਝੀ ਕਰਦੇ ਆ ਹੈਲੋ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੰਦੂ ਸਾਹਿਬ ਪਹਿਲਾਂ ਤੇ ਮੈਂ ਤੁਹਾਡਾ ਆਪ ਦਾ ਰੋਹਿ ਫ੍ਰੋਮ ਤੇ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਦੇਖ ਕੇ ਬਹੁਤ ਮਿਹਰਬਾਨੀ ਪਹਿਲਾਂ ਆਪਣੇ ਆਪਣੇ ਬਾਰੇ ਦੱਸੋ ਨਾ ਜਰਾ ਕੌਣ ਬੋਲ ਰਿਹਾ ਤੁਸੀਂ ਹਾਂਜੀ ਮੈਂ ਕਿ ਸੁਪੀਰ ਸਿੰਘ ਸੰਧੂ ਬੋਲਦਾ ਜੀ ਨਵਾਦਾ ਸ਼ਹਿਰ ਤੋਂ ਰੀਨੋ ਤੋਂ ਜਸਬੀਰ ਸਿੰਘ ਸੰਧੂ ਰੀਨੋ ਤੋਂ ਹਾਂਜੀ ਹਾਂਜੀ ਸੰਦੂ ਸਾਹਿਬ ਹਾਂਜੀ ਹਾਂਜੀ ਮੈਂ ਤਾਂ ਇੱਕ ਵਾਰ ਪਹਿਲਾਂ ਗੱਲ ਕਰ ਚੁੱਕਿਆ ਵੈਸੇ ਐਕਚੁਅਲੀ ਹਾਂਜੀ ਹਾਂਜੀ ਤੁਹਾਡੀ ਸੈਕੰਡ ਟਾਈਮ ਹਾਂਜੀ 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 ਸਤਿ ਜੀ ਜਨਾਬ ਜੀ ਮੈਂ ਇਹ ਗੱਲ ਕਰਨ ਚਾਹੁੰਦਾ ਵੀ ਜਿਸ ਤਰ੍ਹਾਂ ਤੁਸੀਂ ਕ੍ਰਾਪਸ਼ਨ ਨੂੰ ਪੰਜਾਬ 'ਚ ਕਿੱਦਾਂ ਬੰਦ ਕਰ ਸਕਦੇ ਹੋ ਇਹਦੇ ਬਾਰੇ ਇੱਕ ਮੁੱਦਾ ਲੈ ਕੇ ਆਓ ਪੰਜਾਬ 'ਚ ਕ੍ਰਾਪਸ਼ਨ ਕਿਵੇਂ ਬੰਦ ਹੋਊਗੀ ਇਹ ਤੇ ਬੜਾ ਵੱਡਾ ਮੁੱਦਾ ਵਾਏ ਤੇ ਮੇਰੇ ਖਿਆਲ ਮੈਨ ਮੈਨੂੰ ਨਹੀਂ ਖਿਆਲ ਵੀ ਇੱਕ ਪ੍ਰੋਗਰਾਮ ਦੇ ਵਿੱਚ ਤੇ ਡਿਸਕਸ਼ਨ ਪਰ ਫਿਰ ਵੀ ਕਰਾਂਗੇ ਕੋਸ਼ਿਸ਼ ਅਗਲੇ ਹਫ਼ਤੇ ਕਰਦੇ ਆ ਕੋਸ਼ਿਸ਼ ਇਸ ਮਸਲੇ ਤੇ ਕਿਵੇਂ ਪੰਜਾਬ ਦੇ ਵਿੱਚ ਕ੍ਰਾਪਸ਼ਨ ਭ੍ਰਸ਼ਟਾਚਾਰ ਖਤਮ ਸਿਰਫ ਪੰਜਾਬ ਦੇ ਵਿੱਚ ਕਿਉਂ ਮੇਰੇ ਖਿਆਲ ਸਾਰੇ ਮੁਲਕ ਦੇ ਵਿੱਚ ਹੀ ਮੇਰੇ ਖਿਆਲ ਬੰਦ ਹੋਣੀ ਚਾਹੀਦੀ ਹੈ ਜੀ ਹਿੰਦੁਸਤਾਨ ਚ ਬੰਦ ਕਰਨਾ ਬਹੁਤ ਮੁਸ਼ਕਲ ਹੈ ਜੀ ਮੈਂ ਉਹਦੇ ਬਾਰੇ ਤੇ ਗਰੰਟੀ ਨਹੀਂ ਲੈਂਦਾ ਪਰ ਪੰਜਾਬ ਦੇ ਬਾਰੇ ਤੇ ਮੈਂ ਤੁਹਾਨੂੰ ਕਹਿ ਸਕਦਾ ਹਾਂ ਵੀ ਜੇ ਲੋਕਾ ਕੋਲ ਪੰਜਾਬ ਤੇ ਬੰਦ ਕਰੋ ਇਹ ਪੰਜਾਬੀ ਬੰਦੇ ਆ ਤੇ ਪੰਜਾਬ ਚ ਆਉਨੇ ਆ ਚਲੋ ਇਹਦੇ ਤੇ ਆਪਾਂ ਅਟੈਂਪਟ ਕਰਾਂਗੇ ਜ਼ਰੂਰ ਆਪਾਂ ਮੇਰੇ ਖਿਆਲ ਮੈਂ ਇਹਦੇ ਤੇ ਆਪਣਾ ਯੂ ਨੋ ਦਿਮਾਗ ਇਸਤੇਮਾਲ ਕਰਕੇ ਤੇ ਫਿਰ ਤੁਹਾਡੇ ਸਾਰਿਆਂ ਦੇ ਵਿਚਾਰ ਸੁਣ ਕੇ ਮੇਰੇ ਖਿਆਲ ਆਪਾਂ ਕਿਤੇ ਨਾ ਕਿਤੇ ਕੰਸੈਂਸਸ ਤੇ ਜ਼ਰੂਰ ਆਪਾਂ ਪਹੁੰਚ ਸਕਦੇ ਆ ਜਸਵੀਰ ਸਿੰਘ ਬਹੁਤ ਬਹੁਤ ਧੰਨਵਾਦ ਤੁਸੀਂ ਵਾਕਈ ਪੰਜਾਬ ਦੇ ਸੁਭ ਚਿੰਤਕ ਜੇ ਇਸੇ ਕਰਕੇ ਤੁਸੀਂ ਐਡੀ ਦੂਰ ਬੈਠੇ ਵੀ ਪੰਜਾਬ ਬਾਰੇ ਔਰ ਪੰਜਾਬ ਦੇ ਵਿੱਚ ਜਿਹੜੇ ਵਿਸਤਾਚਾਰ ਆ ਰਹੇ ਆ ਜਿਹੜੇ ਵਿਸਤਾਚਾਰ ਪੰਜਾਬ ਨੂੰ ਵਿਨਾਸ਼ ਕਰ ਰਿਹਾ ਉਹਦੇ ਬਾਰੇ ਸੋਚਦੇ ਜੇ ਇੱਕ ਹੋਰ ਸੱਜਣ ਸਾਡੇ ਨਾਲ ਨੇ ਔਰ ਉਹਨਾਂ ਦਾ ਵੀ ਦੇਖਦੇ ਆ ਉਹਨਾਂ ਦਾ ਇਸ ਬਾਰੇ ਕੀ ਨਜ਼ਰੀਆ ਵਾ ਹਲੋ ਸੋ ਵਾਏ ਖਾਲਸਾ ਵਾਗੂ ਜੀ ਕੀ ਫਤਿਹ ਜੀ ਗੁਰ ਫਤਿਹ ਜੀ ਕੌਣ ਬੋਰੇ ਮੇਰਾ ਨਾਮ ਹੈ ਜੀ ਹਰਕਮਲ ਸਿੰਘ ਪਰਮਾਰ ਮੈਂ ਕੈਨੇਡਾ ਤੋਂ ਬੋਲ ਰਿਹਾ ਹਾਂ ਹਾਂਜੀ ਹਾਂਜੀ ਹਰਕਮਲ ਜੀ ਸਵਾਗਤ ਹੈ ਸ਼ੋਅ ਦੇ ਵਿੱਚ ਹਾਂਜੀ ਭਾਜੀ ਮੈਂ ਭਾਜੀ ਆ ਤੁਹਾਡਾ ਸ਼ੋਅ ਦੇਖ ਰਿਹਾ ਸੀ ਹਾਂਜੀ ਅਸੀ ਭਾਜੀ ਉਹਦਾ ਇੰਨੀ ਆ ਬਹੁਤ ਵਧੀਆ ਗੱਲਾਂ ਤੁਸੀਂ ਕਰ ਰਹੇ ਆ ਪਰ ਕੀ ਗੱਲ ਸਾਡੇ ਲੋਕਾਂ ਦੀ ਆਪਣੀ ਸੈਂਸ ਖਤਮ ਹੋ ਚੁੱਕੀ ਆ ਕਿ ਸਾਨੂੰ ਪਤਾ ਨਹੀਂ ਕਿ ਸਾਨੂੰ ਕੀ ਕਰਨਾ ਚਾਹੀਦਾ ਕਿ ਸਾਨੂੰ ਕਿਹਦੇ ਨਾਲ ਕਿਸ ਤਰ੍ਹਾਂ ਵਿਹਾਰ ਕਰਨਾ ਚਾਹੀਦਾ ਕਿਸ ਅੱਗੇ ਆ ਗਾਣੇ ਵਾਲੇ ਗੜੀ ਜਾਂਦੇ ਜੱਟ ਹੋਏ ਪੰਜਾਬੀ ਗਵਰੂ ਹੋਏ ਫਲਾਣਾ ਹੋਏ ਤੇਮ ਖੜਾ ਹੋਏ ਇਹਨਾਂ ਦਾ ਇਹ ਖਿਲਾਫ ਆਪਣਾ ਮਰ ਚੁੱਕਾ ਕਿ ਇਹ ਪਿੰਡਾਂ ਦੇ ਸਾਹਮਣੇ ਧੀਆਂ ਪੈਣਾਂ ਦੀਆਂ ਬੱਸਾਂ ਜੇਜਰ ਤਾਂ ਲੁੱਟ ਹੋ ਰਹੀਆਂ ਐ ਇੰਨੇ ਅੰਬਲੀ ਬੰਦੇ ਤੁਰੇ ਫਿਰਦੇ ਆ ਕੀ ਗੱਲ ਇਹ ਗਾਣੇ ਵਾਲਿਆਂ ਦਾ ਬਸ ਐ ਕਿ ਜੱਟਾਂ ਦੇ ਜੋਰ ਇਹੀ ਗੱਲ ਦਾ ਲੱਗ ਗਿਆ ਕਿ ਆ ਵੀ ਜੱਟ ਗੱਭਰੂ ਜੱਟ ਗੱਭਰੂ ਕਰਦੇ ਤਾਂ ਕੁਝ ਵੀ ਨਹੀਂ ਇਨਕਲਾਬ ਕਿੱਥੇ ਜਿਹਾਉਣਗੇ ਇਹ ਲੋਕ ਇਹ ਤਾਂ ਅੰਬਲੀ ਬਣ ਗਏ ਸਾਰੇ ਬਿਲਕੁਲ ਜੀ ਮੇਰੇ ਖਿਆਲ ਦੁਨੀਆ ਦੇ ਵਿੱਚ ਇਹੀ ਹਾਲ ਐ ਜੀ ਮੇਰੇ ਖਿਆਲ ਸਾਰਾਂ ਦਾ ਅਸਰ ਜਿਹੜਾ ਵਾ ਉਹ ਪੰਜਾਬ ਤੇ ਵੀ ਹੋ ਰਿਹਾ ਵਾ ਡੈਫੀਨਿਟਲੀ ਮੇਰੇ ਖਿਆਲ ਇੱਕ ਲੋਕਾਂ ਨੂੰ ਜੋਗਾ ਜਾਗਰੂਕਤਾ ਲਿਆਉਣ ਦੀ ਲੋੜ ਐ ਸਰਕਾਰਾਂ ਨੂੰ ਵੀ ਐਫਰਟ ਕਰਨੀ ਪੈਣੀ ਚਾਹੀਦੀ ਐ ਪਰ ਸਰਕਾਰ ਤੇ ਆਪ ਹੀ ਤੁਸੀਂ ਵੇਖਿਆ ਇੱਥੇ ਥਾਂ ਥਾਂ ਤੇ ਠੇਕੇ ਖੁੱਲੇ ਐ ਇਸ ਵੇਲੇ ਮੇਰੇ ਖਿਆਲ ਆ ਕਈ ਪਾਸਿਓਂ ਔਰ ਲੋਕਾਂ ਦੇ ਜੇ ਪ੍ਰੈਸ਼ਰ ਪਾਊਗਾ ਤੇ ਤਾਂ ਦੀ ਇਹ ਚੀਜ਼ਾਂ ਜਿਹੜੀਆਂ ਵਾਂ ਸਹੀ ਹੋ ਸਕਦੀਆਂ ਵਾਂ ਹਰਕਵਲ ਜੀ ਬਹੁਤ ਬਹੁਤ ਧੰਨਵਾਦ ਹੁਣ ਅੱਜ ਇੰਨਾ ਹੀ ਮੈਂ ਇੱਥੇ ਦੱਸ ਦੇਵਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਕੱਲ ਦੇਰ ਰਾਤ ਚੀਨ ਦੇ ਦੌਰੇ ਤੇ ਰਵਾਨਾ ਹੋਗੇ ਤਿੰਨ ਚਾਰ ਦਿਨ ਦਾ ਉਹਨਾਂ ਦਾ ਦੌਰਾ ਵਾ ਚੀਨ ਜਾ ਰਹੇ ਆ ਕੋਰੀਆ ਜਾ ਰਹੇ ਉਸ ਤੋਂ ਬਾਅਦ ਮੰਗੋਲੀਆ ਵੀ ਜਾ ਰਹੇ ਆ ਆਪਾਂ ਕੱਲ ਜਾਂ ਪਰਸੋਂ ਇਹਦੇ ਤੇ ਜ਼ਰੂਰ ਵਿਚਾਰ ਕਰਾਂਗੇ ਕਿ ਇਸ ਦੌਰੇ ਦਾ ਕਿੰਨਾ ਕੁ ਫਾਇਦਾ ਹੋ ਸਕਦਾ ਵਾ ਚੀਨ ਦੇ ਨਾਲ ਬੜੇ ਪੁਰਾਣੇ ਆਪਣੇ ਸੰਬੰਧ ਆ ਔਰ ਪੰਜਾਬ ਚੀਨ ਦੇ ਨਾਲ ਆਪਣਾ ਕਈ ਰੋਲੇ ਵੀ ਹੈ ਸੋ ਅੱਜ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼